ਅੰਡਰ ਬ੍ਰਿਜ ਦੀ ਜੇ ਮੈਂ ਗੱਲ ਕਰਾਂ, ਇਟਸ ਅ ਰਿਸਪੋਂਸੀਬਿਲਿਟੀ ਆਫ ਮੈਂਬਰ ਪਾਰਲੀਮੈਂਟ। ਬਦਕਿਸਮਤੀ ਦੇ ਨਾਲ ਸਾਡੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਚੁਣ ਲਿਆ, ਜਿਹੜਾ ਪਿਛਲੇ 3 ਸਾਲਾਂ ਤੋਂ ਗੁਰਦਾਸਪੁਰ ਹੀ ਨਹੀਂ ਆਇਆ। ਫਿਰ ਉਹਨਾਂ ਨੂੰ ਪੇਮੈਂਟ ਟਾਈਮ ਨਾਲ ਨਾ ਦਈਏ, ਔਰ ਫਿਰ 18% ਵਿਆਜ ਨਾ ਤਾਂ ਉਹ ਵਿਆਜ ਹੁਣ ਪਾੜੇ ਨੇ ਦੇਣਾ, ਨਾ ਵਿਆਜ ਬੱਬੇ ਵਾਲੀ ਸਾਹਿਬ ਨੇ ਦੇਣਾ, ਵਿਆਜ ਕਿੰਨੇ ਦੇਣਾ ਆ? ਗੁਰਦਾਸਪੁਰ ਦੇ ਲੋਕਾਂ ਨੇ ਦੇਣਾ। ਮੇਰੀ ਤਾਂ ਛੱਡੋ, ਜੇ ਬੀਜੇਪੀ ਵਾਲਿਆਂ ਨੂੰ ਪੁੱਛ ਲਓ ਉਹਨਾਂ ਦੀ ਹੋਈ ਹੈ, ਅਤੇ ਮੈਂ ਤਾਂ ਫਿਰ ਓਪੋਜੀਸ਼ਨ ਦਾ MLA ਹਾਂ। ਤੁਸੀਂ ਸ਼ਹਿਰ 'ਚ ਕਿਸੇ ਨੂੰ ਪੁੱਛ ਲਓ, ਕਿਸੇ ਕੋਲ ਨੰਬਰ ਵੀ ਨਹੀਂ ਹੋਣਾ। ਇਹ ਬਦਕਿਸਮਤੀ ਮੇਰੀ ਨਹੀਂ ਆ, ਮੇਰੇ ਇਲਾਕੇ ਦੀ ਹੈ। ਮਨਜ਼ੂਰੀ ਸੈਂਟਰ ਸੈਂਟਰ, ਚਲੋ ਮੈਂ ਆ ਜਾਣਾ, ਤੇ ਮੈਂਬਰ ਪਾਰਲੀਮੈਂਟ ਸਾਡਾ ਹੁੰਦਾ ਤੇ ਜਾਂ ਮੈਂ MP ਹੁੰਦਾ ਤੇ ਮੈਂ ਉੱਥੇ ਕੰਧਾਂ ਹਿਲਾ ਦਿੰਦਾ ਮੈਂਬਰ ਪਾਰਲੀਮੈਂਟ। ਜਦੋਂ ਇਹ ਸਾਰੀ ਰਣਨੀਤੀ ਹੁੰਦੀ ਹੈ, ਇੱਥੇ ਤਾਂ ਲੋਕਾਂ ਦੇ ਨਾਲ ਰਹਿੰਦੇ ਨੇ, ਜਦੋਂ ਚੰਡੀਗੜ੍ਹ ਜਾਂਦੇ ਨੇ ਇਹੋ ਜਿਹੇ ਕੀ ਕਰਦੇ ਨੇ ਕਿ ਉੱਥੇ ਸਰਕਾਰਾਂ ਤੱਕ ਹਿੱਲ ਗਈਆਂ, ਮੁੱਖ ਮੰਤਰੀ ਬਦਲ ਗਿਆ, ਵਰਿੰਦਰ ਪਾੜਾ ਬੜਾ ਚਿਹਰਾ ਜਿਹੜਾ ਵਾਰ ਵਾਰ ਨਜ਼ਰ ਆਉਂਦਾ ਸੀ ਸਾਨੂੰ, ਗੱਡੀਆਂ 'ਚ ਵੀ ਨਜ਼ਰ ਆਉਂਦਾ ਸੀਗਾ, ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਸੀਗੀ ਔਰ ਕੀ ਸੀਗਾ ਪਰਦੇ ਦੇ ਪਿੱਛੇ, ਤੁਹਾਡਾ ਕੀ ਰੋਲ ਸੀਗਾ ਹੁਣ ਤਾਂ ਅੱਜ ਦੱਸੋ। ਇੱਕ ਤਾਂ ਤੁਸੀਂ ਬੇਬਾਕੀ ਨਾਲ ਬੋਲ ਰਹੇ ਹੋ, ਮੈਨੂੰ ਇਹ ਦੱਸੋ ਕਿ ਤੁਸੀਂ ਪਾਰਟੀ ਦੇ ਅੰਦਰ ਵਿਦਇਨ ਕੀ ਓਪੀਨੀਅਨ ਦੇਣਾ ਚਾਹੋਗੇ ਕਿ CM ਚਿਹਰਾ ਹੋਣਾ ਚਾਹੀਦਾ, ਅਨਾਊਂਸ ਪਹਿਲੇ ਹੋਣਾ ਚਾਹੀਦਾ, ਜੇ ਹੋਣਾ ਚਾਹੀਦਾ ਤਾਂ ਤੁਹਾਡੀ ਪਸੰਦ ਕੌਣ ਆ? ਉਹ ਇਸ਼ਤਿਹਾਰ ਹੋ ਰਿਹਾ ਤੁਹਾਡਾ, ਉਹ ਤੁਸੀਂ ਲਗਾਤਾਰ ਜਵਾਬ ਹਰ ਮੰਚ ਤੇ ਦੇ ਰਹੇ ਹੋ। ਮੈਂ ਇੱਥੇ ਤੁਹਾਨੂੰ ਇੱਥੇ ਪੌਜ਼ ਲੈ ਲਓ, ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਤੁਸੀਂ ਗਿਣਾ ਰਹੇ ਹੋ ਚਰਨਜੀਤ ਸਿੰਘ ਚੰਨੀ ਨੇ ਵੀ ਗਿਣਾਤਾ, ਪਰ ਨਵਜੋਤ ਸਿੰਘ ਸਿੱਧੂ ਆ ਕੇ ਵਾਰ ਵਾਰ ਸਵਾਲ ਚੱਕ ਦਿੰਦੇ ਨੇ। ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਨਾਲ ਗੱਡੀ ਸਫ਼ਰ ਕਰਦੇ ਹੋ, ਨਾਲ ਉਹਨਾਂ ਦੇ ਨਾਲ ਰਹਿੰਦੇ ਹੋ, ਤਾਂ ਕਹਿੰਦੇ ਨਹੀਂ ਉਹਨਾਂ ਨੂੰ, ਕਹਿੰਦੇ ਨੇ ਕਿ ਨਾ ਆਪਣੀ ਸਰਕਾਰ 'ਤੇ ਸਵਾਲ ਚੁੱਕੋ। ਕੁਛ ਲੋਕਾਂ ਦੀ ਵੀਡੀਓ ਆ ਰਹੀ ਹੈ, ਕਹਿੰਦੇ ਡਾਂਗਾ ਚੱਕ ਲਓ, ਤਿਆਰੀ ਕਰ ਲਓ। ਇਹ ਕਿ ਡਾਂਗਾ ਡੂੰਗਾ ਵਾਲਾ ਗੁਰਦਾਸਪੁਰ 'ਚ ਇਲੈਕਸ਼ਨ ਹੋਣਾ ਇਸ ਵਾਰੀ? ਤੁਹਾਡੇ 'ਤੇ ਵੀ ਰੋਪ ਲੱਗਦੇ, ਕਹਿੰਦੇ ਗੁੰਡਾਗਰਦੀ, ਤੁਸੀਂ ਵੀ ਬੜੀ ਕਰਦੇ ਹੋ ਉਧਰੋਂ, ਉਹ ਵੀ ਕਹਿੰਦੇ ਕਿ ਡਾਂਗਾ। ਮੇਰੇ 'ਤੇ ਰੋਪ ਨਹੀਂ। ਪੰਜਾਬ 'ਚ ਲਗਾਤਾਰ ਮੌਸਮ ਦਾ ਤਾਪਮਾਨ ਡਿੱਗਦਾ ਜਾ ਰਿਹਾ, ਪਰ ਸਿਆਸੀ ਤਾਪਮਾਨ ਵੱਧਦਾ ਜਾ ਰਿਹਾ। ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ, ਅੱਜ ਇੱਕ ਵਾਰੀ ਗੁਰਦਾਸਪੁਰ ਤੋਂ MLA ਵਰਿੰਦਰ ਪਾੜਾ ਜੀ ਦੀ ਹੈ। ਨੇਤਾ ਜੀ ਨੂੰ ਟਾਈਮ ਮਿਲਿਆ, ਕਹਿੰਦੇ ਸਮਾਂ ਘੱਟ ਮਿਲਦਾ ਅਤੇ ਹੁਣ ਜਿਹੜਾ ਤਾਪਮਾਨ ਡਿੱਗਿਆ, ਸਿਆਸੀ ਤਾਪਮਾਨ ਦੇ ਇਹਨਾਂ ਦਾ ਪੂਰਾ ਭਖਿਆ ਪਿਆ, ਪਰ ਅੱਗ ਸੇਕ ਰਹੇ ਨੇ ਤੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਵੀ ਤਿਆਰੀ ਕਰ ਰਹੇ ਨੇ, ਰਣਨੀਤੀਆਂ ਬਣਾ ਰਹੇ ਨੇ। ਸਾਡੇ ਨਾਲ ਵਰਿੰਦਰ ਪਾੜਾ ਨੇ। ਪਾੜਾ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ 'ਤੇ। ਆ ਗਏ ਨੇਤਾ ਜੀ, ਤੁਸੀਂ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਹੋ, ਕੀ ਤਿਆਰੀ ਹੈ ਤੁਹਾਡੀ ਇਸ ਵਾਰ? ਆਪਣਾ ਰਿਪੋਰਟ ਕਾਰਡ ਲੈ ਕੇ ਜਾਣਾ, 5 ਸਾਲਾਂ ਜੋ ਤੁਸੀਂ ਕੀਤਾ ਉਹ ਜਨਤਾ ਦੇ ਅੱਗੇ ਲੈ ਕੇ ਜਾ ਰਹੇ ਹੋ, ਤਾਂ ਕਿਸ ਆਧਾਰ 'ਤੇ ਵੋਟ ਮੰਗ ਰਹੇ ਹੋ ਔਰ ਲੋਕ ਕਿਉਂ ਯਕੀਨ ਕਰਨ ਇਸ ਵਾਰ, ਕੀ ਕਹਿਣਾ ਚਾਹੋਗੇ? ਦੇਖੋ, 2017 'ਚ ਪਹਿਲੀ ਵਾਰ ਮੈਨੂੰ ਟਿਕਟ ਮਿਲੀ ਸੀ ਅਤੇ ਉਸ ਸਮੇਂ ਮੈਂ ਫਸਟ ਟਾਈਮਰ ਸੀਗਾ ਅਤੇ ਮੈਂ ਆਪਣਾ ਰਿਪੋਰਟ ਕਾਰਡ ਪੇਸ਼ ਨਹੀਂ ਸੀ ਕਰ ਸਕਦਾ, ਪਰ ਉਸ ਸਮੇਂ ਮੇਰਾ ਰਿਪੋਰਟ ਕਾਰਡ ਮੇਰੇ ਗ੍ਰੈਂਡਫਾਦਰ ਸਰਦਾਰ ਕਰਤਾਰ ਸਿੰਘ ਪਾੜਾ, ਜਿਹੜੇ ਕਿ ਇੱਥੋਂ MLA ਰਹੇ ਨੇ, ਅਤੇ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ 15 ਸਾਲ ਲੋਕਾਂ ਦੀ ਕਚਹਿਰੀ 'ਚ ਕੰਮ ਕੀਤੇ, ਤਰੀਕਾਂ ਭੁਗਤੀਆਂ ਲੋਕਾਂ ਦੇ ਨਾਲ, ਮੇਰਾ ਰਿਪੋਰਟ ਕਾਰਡ ਮੇਰਾ ਪਰਿਵਾਰ ਦੀ ਪਿਛੋਕੜ ਸੀਗਾ। ਅੱਜ ਮੇਰੀ ਕਮਿਟਮੈਂਟ ਸੀ ਲੋਕਾਂ ਦੇ ਨਾਲ ਕਿ ਆਫਟਰ 5 ਈਅਰਸ ਮੈਂ 2022 ਜਦੋਂ ਇਲੈਕਸ਼ਨ ਲੜਾਂਗਾ ਅਤੇ ਮੈਂ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਇਲੈਕਸ਼ਨ ਲੜਾਂਗਾ, ਮੈਂ ਵਿਰੋਧੀਆਂ 'ਤੇ ਲਾਂਛਨ ਲਾ ਕੇ ਇਲੈਕਸ਼ਨ ਨਹੀਂ ਲੜਾਂਗਾ। ਉਹ ਕੀ ਕਰਦੇ ਆ, ਉਹ ਕੀ ਨਹੀਂ ਕਰਦੇ, ਮੇਰਾ ਉਹਨਾਂ ਦੇ ਨਾਲ ਕੋਈ ਤਲਕ ਨਹੀਂ ਹੈ। ਮੈਨੂੰ ਲੋਕਾਂ ਨੇ ਚੁਣਿਆ ਆ ਔਰ ਮੈਂ ਆਪਦੀ ਰਿਪੋਰਟ ਕਾਰਡ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗਾਂ। ਅੱਜ ਤੁਸੀਂ ਕਿਸੇ ਸਟੇਜ 'ਤੇ ਸੁਣੋਗੇ ਮੇਰੀ ਸਪੀਚ, ਕਿਸੇ ਜਗ੍ਹਾ 'ਤੇ ਕਿਸੇ ਕੋਰਨਰ 'ਤੇ ਵੱਡੀ ਸਟੇਜ 'ਤੇ ਸੁਣੋਗੇ, ਇੱਕੋ ਗੱਲ ਕਹਾਂਗਾ ਕਿ ਕੰਮ ਕੀਤੇ ਆ ਅਤੇ ਮੈਨੂੰ ਜ਼ਰੂਰ ਵੋਟਾਂ ਪਾਇਓ। ਜੇ ਤੁਹਾਡੇ ਮੁਤਾਬਕ ਮੈਂ ਵਿਚ ਰਿਹਾ ਹਾਂ ਤਾਂ ਜ਼ਰੂਰ ਵੋਟਾਂ ਪਾਇਓ। ਸੋ ਮੇਰਾ ਰਿਪੋਰਟ ਕਾਰਡ ਹੀ ਮੇਰੀ ਜਿਹੜੀ 2022 ਦੀ ਇਲੈਕਸ਼ਨ ਆ, ਮੈਂ ਕਿਸੇ ਦੀ ਵਿਰੋਧ ਦੀ ਵੋਟ ਨਾ ਚਾਹੁੰਦਾ ਹਾਂ, ਕਿਉਂਕਿ ਲੋਕਾਂ ਕੰਮ ਮੌਕਾ ਦਿੱਤਾ ਅਤੇ ਅੱਜ ਮੈਂ ਕਿਸੇ ਦੇ ਵਿਰੋਧ ਦੇ ਵਿੱਚ ਗਲਤ ਮਲਤ ਪ੍ਰਚਾਰ ਕਰਕੇ ਵੋਟਾਂ ਲਵਾਂ ਅਤੇ ਫਿਰ ਲੋਕਾਂ ਨੇ ਮੈਨੂੰ ਇਸ ਕਰਕੇ ਥੋੜ੍ਹੀ ਚੁਣਿਆ ਸੀਗਾ, ਮੈਨੂੰ ਲੋਕਾਂ ਨੇ ਚੁਣਿਆ ਸੀ ਕੰਮ ਕਰਕੇ ਦਿਖਾ ਅਤੇ 22 'ਚ ਵੋਟ ਮੰਗੀ, ਕੰਮ ਕਰਕੇ ਦਿਖਾਇਆ ਅਤੇ ਲੋਕਾਂ 'ਤੇ ਮੈਨੂੰ ਮਾਣ ਆ ਕਿ ਬੜੀ ਵੱਡੀ ਲੀਡ ਨਾਲ ਫਿਰ ਜਿਤਾਉਣਗੇ। ਮਾਝੇ ਵਾਲੇ ਦੇ ਬੜੇ ਤੱਤੇ ਰਹਿੰਦੇ, ਤੁਸੀਂ ਕਹਿੰਦੇ ਮੈਂ ਸਟੇਜਾਂ 'ਤੇ ਵਿਰੋਧੀਆਂ ਦੇ ਬਾਰੇ ਕੁਛ ਨਹੀਂ ਬੋਲ ਰਿਹਾ, ਜੋ ਡਿਵੈਲਪਮੈਂਟ ਕੀਤੀ ਮੈਂ ਉਹੀ ਦੱਸ ਰਿਹਾ। ਇੱਕ ਵਾਰੀ ਤੁਸੀਂ ਉਹ ਵੀ ਮੈਂ ਚਾਹੁੰਦਾ ਕਿ ਦੱਸ ਦਿਓ ਦਰਸ਼ਕਾਂ ਨੂੰ ਵੀ ਕਿ ਕੀ ਕੀਤਾ ਤੁਹਾਨੂੰ ਲੱਗਦਾ ਕਿ ਮੈਂ ਇਹ ਕੰਮ ਕੀਤੇ ਅਤੇ ਇਸ ਆਧਾਰ 'ਤੇ ਮੈਂ ਦੁਬਾਰਾ ਲੋਕਾਂ ਦੇ ਵਿੱਚ ਜਾ ਸਕਦਾ? ਦੇਖੋ, ਸਾਡੇ ਮੈਂ ਇਹ ਕਹਿ ਸਕਦਾ ਕਿ ਸਿਆਸਤ ਦੇ ਵਿੱਚ ਗਿਰਾਵਟ ਇੰਨੀ ਆ ਚੁੱਕੀ ਆ, ਸਾਡੇ ਜਦੋਂ ਗੱਲ ਸ਼ੁਰੂ ਹੁੰਦੀ ਹੈ ਨਾ, ਮੈਨੂੰ ਵੀ ਕਈ ਵਾਰੀ ਫੀਲ ਹੁੰਦਾ ਕਿ ਯਾਰ ਮੈਨੂੰ ਲੋਕਾਂ ਨੇ MLA ਬਣਾਇਆ, ਯੰਗਸਟਰ ਵੀ ਹਾਂ ਅਤੇ ਅੱਜ ਆਫਟਰ 71 ਈਅਰਸ ਅਸੀਂ ਜਿਹੜੇ ਵੀ ਆ ਸ਼ੁਰੂਆਤ ਕਰਦੇ ਹਾਂ ਕਿ ਯਾਰ ਮੈਂ ਗਲੀਆਂ ਬਣਾਤੀਆਂ, ਮੈਂ ਨਾਲੀਆਂ ਬਣਾਤੀਆਂ, ਪਰ ਇੱਕ ਤੁਹਾਨੂੰ ਦਾਅਵਾ ਕਰ ਦਿੰਦਾ, ਫਸਟ ਟਾਈਮਰ ਬਣਿਆ, ਜਿੱਥੇ ਨਹੀਂ ਵੀ ਲੋਕ ਰਹਿੰਦੇ ਉਹ ਵੀ ਗਲੀਆਂ ਬਣਾਈਆਂ, ਉੱਥੇ ਵੀ ਸੀਵਰ ਪਾਏ, ਉੱਥੇ ਵੀ ਸਾਰੇ ਕੰਮ ਕਰਾਏ ਆ, ਔਰ
ਇਹ ਗੁਰਦਾਸਪੁਰ ਦੀ ਜੇ ਪਿਕਚਰ ਸ਼ਾਇਦ ਤੁਸੀਂ ਉਦੋਂ ਵੀ ਆਏ ਹੋ, 17 'ਚ ਵੀ ਦੇਖਿਆ ਹੋਊਗਾ ਮੇਰਾ ਸ਼ਹਿਰ। ਇਹ ਸ਼ਹਿਰ ਦੇ ਵਿੱਚ ਇੰਨੀ ਗੰਦਗੀ ਦੇ ਢੇਰ ਅਤੇ ਇੰਨਾ ਹਾਲਾਤ ਸੀ, ਇਹਨੂੰ ਪਿੰਡ ਕਿਹਾ ਜਾਂਦਾ ਸੀਗਾ। ਜਦੋਂ ਕੋਈ ਸਾਡੇ ਭੈਣ ਭਰਾ ਯੂਨੀਵਰਸਿਟੀਆਂ 'ਚ ਪੜ੍ਹਦੇ ਸੀ, ਉਹ ਕਦੇ ਨਹੀਂ ਸੀ ਦੱਸਦੇ ਕਿ ਅਸੀਂ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਹਾਂ। ਅੱਜ ਮਾਣ ਨਾਲ ਸਾਰੇ ਕਹਿੰਦੇ ਆ ਕਿ ਮੈਂ ਗੁਰਦਾਸਪੁਰੀ ਆ। ਉਹਦਾ ਕਾਰਨ ਕੀ ਹੈ? ਗੁਰਦਾਸਪੁਰ ਇਸ ਵਕਤ ਇੱਥੇ ਨੇਕਾਂ ਡੰਪ ਸੀਗੇ, ਗੀਤਾ ਭਵਨ ਰੋਡ 'ਤੇ ਡੰਪ ਸੀ, ਪੁਲਿਸ ਲਾਈਨ ਰੋਡ 'ਤੇ ਡੰਪ ਸੀ, ਜੇਲ੍ਹ ਰੋਡ 'ਤੇ ਡੰਪ ਸੀ। ਹੁਣ ਮੇਰੀ ਜਿਹੜੀ ਸਿਟੀ ਆ ਉਹ ਡੰਪ ਫਰੀ ਆ, ਡਸਟ ਫਰੀ ਵੀ ਆ, ਵਾਲ ਟੂ ਵਾਲ ਟਾਈਲਸ ਲਾਈਆਂ ਨੇ। ਫਿਰ ਜਿੰਨੇ ਚੌਂਕ ਸੀ ਉਹਨਾਂ ਦੀ ਸੁੰਦਰਤਾ ਜਿਹੜੀ ਆ ਉਹ ਕਾਇਮ ਕੀਤੀ ਆ, ਚਾਹੇ ਹਨੂੰਮਾਨ ਚੌਂਕ ਦੀ ਗੱਲ ਕਰਨਾ, ਉੱਥੇ ਟਾਵਰ ਬਣਾਇਆ, ਰਵਿਦਾਸ ਚੌਂਕ ਜੀ ਦੀ ਗੱਲ ਕਰਨਾ, ਉਹਦਾ ਟਾਵਰ ਚੌਂਕ ਬਣਾਇਆ, ਪਰਸ਼ੂਰਾਮ ਚੌਂਕ ਪਿਛਲੇ 20 ਸਾਲ ਤੋਂ ਡਿਮਾਂਡ ਸੀ ਉਹ ਚੌਂਕ ਬਣਾਇਆ, ਜਿੰਨੀਆਂ ਟਵਰਡਸ ਬਾਈਪਾਸ ਤੋਂ ਸਿਟੀ ਨੂੰ ਰੋਡਸ ਨੇ ਸਾਰੀਆਂ ਵਾਈਡਨਿੰਗ ਕਰਾ ਕੇ ਸਟਰੀਟ ਲਾਈਟਸ ਲਾਈਆਂ ਨੇ, ਜਿਹੜੀ ਆ ਕਿ ਸ਼ਹਿਰ ਦੇ ਵਿੱਚ ਜਦੋਂ 2016 ਤੋਂ 17 ਜਿਹੜੀ ਟਨਿਓਰ ਸੀ, ਇੱਕ ਸਾਲ ਗੁਰਦਾਸਪੁਰ ਦੀ ਲਾਈਟ ਬੰਦ ਰਹੀ, ਇੱਕ ਸਾਲ ਹਿਸਟਰੀ ਆ ਇਹ। ਕੋਈ ਸਟਰੀਟ ਲਾਈਟ, ਕੋਈ ਮਹੱਲਾ ਨਹੀਂ ਸੀ ਜਗਦਾ, ਕਿਉਂ ਕਿ ਬਿੱਲ ਪੈਂਡਿੰਗ ਸੀਗੇ, ਦਿੱਤੇ ਨਹੀਂ ਗਏ ਇਹਨਾਂ ਕੋਲੋਂ। ਔਰ ਜਦੋਂ ਆ ਬਣਿਆ ਪੈਂਦੇ ਪਹਿਲਾਂ ਲਾਈਟਾਂ ਚਲਾਈਆਂ, ਕਾਲਜ ਰੋਡ ਇਜ਼ ਦਾ ਪ੍ਰੋਮੀਨੈਂਟ ਰੋਡ, ਜੇਲ੍ਹ ਰੋਡ ਇਜ਼ ਦਾ ਪ੍ਰੋਮੀਨੈਂਟ ਰੋਡ ਆਫ ਗੁਰਦਾਸਪੁਰ, ਤਿਬੜੀ ਰੋਡ ਇਜ਼ ਦਾ ਪ੍ਰੋਮੀਨੈਂਟ ਰੋਡ, ਬਟਾਲਾ ਰੋਡ ਇਜ਼ ਦਾ ਪ੍ਰੋਮੀਨੈਂਟ, ਕਾਨੂੰਨ ਰੋਡ ਇਜ਼ ਦਾ ਪ੍ਰੋਮੀਨੈਂਟ ਰੋਡ। ਇਹ ਸਾਰੀਆਂ ਰੋਡਸ ਵਾਈਡਨਿੰਗ ਕਰਕੇ ਉਹਨਾਂ 'ਤੇ ਸਟਰੀਟ ਲਾਈਟਸ ਲਾਈਆਂ ਗਈਆਂ, ਚੌਂਕ ਖੁੱਲ੍ਹੇ ਕੀਤੇ ਗਏ ਆ। ਔਰ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਫਿਸ਼ ਪਾਰਕ ਸੀਗੀ, ਜਿੱਥੇ ਕੋਈ ਦਿਨੇ ਵੀ ਨਹੀਂ ਸੀ ਜਾਂਦਾ, ਘਾਹ ਬੂਟੀ ਚੜ੍ਹੀ ਹੁੰਦੀ ਸੀ। ਅੱਜ ਤੁਸੀਂ ਜਾ ਕੇ ਆਪ ਦੇਖ ਲਓ, ਮੈਂ ਤਾਂ ਕਹਿਣਾ ਹੀ ਹੈ, ਪਰ ਤੁਸੀਂ ਜ਼ਰੂਰ ਉੱਥੇ ਜਾਇਓ, ਉਹਨੂੰ ਜ਼ਰੂਰ ਕਵਰ ਕਰਿਓ। ਅੱਜ ਉੱਥੇ ਪ੍ਰੀ ਵੈਡਿੰਗ ਸ਼ੂਟਸ ਹੁੰਦੇ ਨੇ, ਅੱਜ ਉੱਥੇ ਲੋਕ ਕੋਈ ਛੋਟਾ ਮੋਟਾ ਪ੍ਰੋਗਰਾਮ ਆ, ਅਤੇ ਜਿਵੇਂ ਆਹ ਘਾਹ ਮੇਰੇ ਘਰ ਲੱਗਾ, ਇੱਦਾਂ ਦਾ ਘਾਹ ਉੱਥੇ ਲੱਗਾ ਪਿਆ ਆ। ਔਰ ਮੇਨਟੇਨ ਵੀ ਕੀਤੀ ਹੋਈ ਆ ਸਫਾਈ, ਗੁਰੂ ਨਾਨਕ ਪਾਰਕ ਆ, ਰੀਜਨਲ ਕੈਂਪਸ ਦੇ ਸਾਹਮਣੇ ਪਾਰਕ ਆ। ਫਿਰ ਇਸ ਤੋਂ ਇਲਾਵਾ ਮੈਂ ਦੋ ਕਮਿਟਮੈਂਟਸ ਕੀਤੀਆਂ ਸੀਗੀਆਂ, ਇੱਕ ਗੁਰਦਾਸਪੁਰ ਦਾ ਜਿਹੜਾ ਬੱਸ ਸਟੈਂਡ, ਜਿਹੜਾ ਬੱਸ ਸਟੈਂਡ ਸ਼ਹਿਰ ਦੇ ਵਿੱਚ ਆ, ਸਾਡੀ ਹੋਸ਼ ਤੋਂ ਪਹਿਲਾਂ ਦਾ ਛੋਟਾ ਜਿਹਾ ਬੱਸ ਸਟੈਂਡ, ਜਿਹਦੇ ਨਾਲ ਮੇਰੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ, ਇੱਕ ਤਾਂ ਟ੍ਰੈਫਿਕ ਦੀ, ਇੱਕ ਸੰਗਲਪੁਰਾ ਰੋਡ 'ਤੇ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਇਸੇ ਟ੍ਰੈਫਿਕ ਦੇ ਕਾਰਨ। ਉਹ ਬੱਸ ਸਟੈਂਡ ਦਾ ਨੀਂਹ ਪੱਥਰ ਅਕਾਲੀ ਗਵਰਨਮੈਂਟ ਨੇ 2011 'ਚ ਰੱਖਿਆ, ਪਹਿਲੇ MLA ਨੇ, ਦੁਬਾਰਾ ਸਰਕਾਰ ਉਹਨਾਂ ਦੀ ਰਿਪੀਟ ਹੋ ਗਈ, MLA ਵੀ ਉਹੀ ਰਿਪੀਟ ਹੋ ਗਿਆ, ਪਰ ਉਹ ਬੱਸ ਸਟੈਂਡ ਨਹੀਂ ਸ਼ੁਰੂ ਹੋਇਆ। ਮੈਂ 17 'ਚ ਬਣਿਆ, ਆਈ ਹੈਵ ਕਮਿਟਡ ਕਿ ਮੈਂ ਇਹ ਬੱਸ ਸਟੈਂਡ ਨਾ ਬਣਾ ਸਕਿਆ। ਇੱਕ ਰੇਲਵੇ ਅੰਡਰਬ੍ਰਿਜ ਜਿਹੜਾ ਸਾਡਾ ਅੱਜ ਗੁਰਦਾਸਪੁਰ ਸਿਟੀ ਜਿਹੜਾ ਉਹ ਫਾਟਕ ਰਹਿਤ ਨਹੀਂ ਹੈਗਾ, ਬੜੀ ਇਹ ਮੰਦਭਾਗੀ ਗੱਲ ਆ ਕਿ 71 ਸਾਲਾਂ 'ਚ ਫਾਟਕ ਰਹਿਤ ਨਹੀਂ ਸਿਟੀ ਹੋਏ, ਕੋਈ ਐਂਬੂਲੈਂਸ ਬਿਮਾਰ ਹੋ ਜੇ, ਬੱਚੇ ਜਦੋਂ ਦੁਪਹਿਰ 'ਚ ਗਰਮੀ ਦੇ ਵਿੱਚ 2 ਵਜੇ ਇੱਥੇ ਕਿਲੋਮੀਟਰ ਲੰਬੀਆਂ ਤੱਕ ਕਤਾਰਾਂ ਲੱਗਦੀਆਂ ਸੀ। ਮੈਂ ਇਹ ਕਮਿਟਮੈਂਟ ਕੀਤੀ ਸੀ ਕਿ ਬੱਸ ਸਟੈਂਡ 'ਤੇ ਅੰਡਰਬ੍ਰਿਜ ਨਾ ਬਣਾ ਸਕਿਆ, ਮੈਂ ਇਲੈਕਸ਼ਨ ਨਹੀਂ ਲੜਾਂਗਾ, ਨਾ ਮੇਰਾ ਪਰਿਵਾਰ ਲੜੇਗਾ। ਔਰ ਮੇਰੇ ਵਰਕਰ, ਮੇਰੇ ਪਰਿਵਾਰ ਦੇ ਮੈਂਬਰ ਕਹਿੰਦੇ ਯਾਰ ਤੂੰ ਕਿਉਂ ਬੋਲਦਾ ਇੱਦਾਂ, ਪਰ ਸਾਨੂੰ ਲੋਕਾਂ ਦੇ ਵਿੱਚ, ਵੀ ਆਰ ਅਕਾਊਂਟੇਬਲ ਟੂਵਰਡਸ ਪਬਲਿਕ, ਮੈਂ ਲੋਕਾਂ ਦੇ ਵਿੱਚ ਵਾਅਦਾ ਕੀਤਾ ਸੀਗਾ, ਉਸ ਵਾਅਦੇ ਨੂੰ ਪੂਰਾ ਕੀਤਾ ਆ। ਤੁਸੀਂ ਜਾਂਦੇ ਬੱਸ ਸਟੈਂਡ ਦਾ ਜ਼ਰੂਰ ਦੇਖ ਕੇ ਜਾਇਓ, ਐਂਡ ਅਕੋਰਡਿੰਗ ਟੂ ਮੀ ਗੁਰਦਾਸਪੁਰ ਬੱਸ ਸਟੈਂਡ ਵਿਲ ਬੀ ਆ ਨੰਬਰ 1 ਬੱਸ ਸਟੈਂਡ ਆਫ ਇੰਡੀਆ। ਔਰ ਉਹ 6 ਏਕੜ 'ਚ ਬਣ ਰਿਹਾ, 16 ਕਰੋੜ ਦੀ ਲਾਗਤ ਦੇ ਨਾਲ, ਅੰਡਰਬ੍ਰਿਜ 22 ਕਰੋੜ ਦੀ ਲਾਗਤ ਨਾਲ ਬਣ ਲਿਆ, ਜਿਹੜਾ ਕਿ ਮੈਂਬਰ ਪਾਰਲੀਮੈਂਟ ਦਾ ਕੰਮ ਸੀਗਾ, ਪਰ ਉਹ ਅੱਜ ਤੁਸੀਂ ਦੇਖ ਲਓ ਜਾਂਦੇ। ਕਾਂਗਰਸੀਆਂ 'ਤੇ ਇਹ ਬੜੇ ਆਰੋਪ ਲੱਗੇ, ਕਹਿੰਦੇ ਡਿਵੈਲਪਮੈਂਟ, ਮੈਂ ਜਦੋਂ ਲੋਕਾਂ ਨਾਲ ਵਿਚਰਿਆ ਤਾਂ ਦੱਸਿਆ ਤੁਹਾਡੇ ਬਾਰੇ, ਇਹ ਤਾਰੀਫ ਵੀ ਬੜੀ ਕੀਤੀ ਕਿ ਤੁਸੀਂ ਵਿਰੋਧੀਆਂ ਦੀ ਗਲੀਆਂ ਵੀ ਪਾਤੀਆਂ, ਸੜਕਾਂ ਉੱਥੇ ਤੱਕ ਵੀ ਪਹੁੰਚਾ ਦਿੱਤੀਆਂ। ਪਰ ਆਪਾਂ ਓਵਰਆਲ ਪੰਜਾਬ ਦੇ ਵਿੱਚ ਦੇਖ ਰਹੇ ਹਾਂ, ਕਾਂਗਰਸ ਜਿਹੜੇ ਵੱਡੇ ਪ੍ਰੋਜੈਕਟ ਸੀਗੇ ਹਰ ਹਲਕੇ ਦੇ ਵਿੱਚ, ਉਹ ਵੱਡੇ ਪ੍ਰੋਜੈਕਟ ਪੈਂਡਿੰਗ ਰਹਿ ਗਏ, ਉਹ 5 ਸਾਲਾਂ ਦੇ ਵਿੱਚ ਪੂਰੇ ਨਹੀਂ ਹੋ ਪਾਏ, ਉਹ ਪੈਂਡਿੰਗ ਰਹਿ ਗਏ, ਇਲੈਕਸ਼ਨਾਂ ਦੇ ਕੋਲ ਆ ਕੇ 1.5 ਸਾਲ ਪਹਿਲਾਂ ਸ਼ੁਰੂ ਹੁੰਦੇ ਨੇ, ਫਿਰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਇਹ ਇਸ ਤਰ੍ਹਾਂ ਦੀ ਸਥਿਤੀ ਕਿਉਂ ਬਣੀ ਪਾੜਾ ਸਾਹਿਬ? ਦੇਖੋ, ਨੰਬਰ 1, ਇੱਕ ਅੰਡਰਬ੍ਰਿਜ ਦੀ ਜੇ ਮੈਂ ਗੱਲ ਕਰਾਂ, ਇਟਸ ਅ ਰਿਸਪੋਂਸੀਬਿਲਿਟੀ ਆਫ ਮੈਂਬਰ ਪਾਰਲੀਮੈਂਟ। ਬਦਕਿਸਮਤੀ ਦੇ ਨਾਲ ਸਾਡੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਚੁਣ ਲਿਆ, ਜਿਹੜਾ ਪਿਛਲੇ 3 ਸਾਲਾਂ ਤੋਂ ਗੁਰਦਾਸਪੁਰ ਹੀ ਨਹੀਂ ਆਇਆ। ਤੁਸੀਂ ਵੀ ਜਾਣਦੇ ਹੋ ਕਿ ਰੇਲਵੇ ਦਾ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਨਾ ਅਤੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਦੀ ਆਵਾਜ਼ ਚੱਕਣੀ ਪੈਂਦੀ ਆ, ਪੈਸੇ ਮੰਗਣੇ ਪੈਂਦੇ ਆ ਸੈਂਟਰ ਤੋਂ, ਪਰਮਿਸ਼ਨਸ ਲੈਣੀਆਂ ਪੈਂਦੀਆਂ। 50% ਪੰਜਾਬ ਗਵਰਨਮੈਂਟ ਨੇ ਦੇਣਾ, ਕਿਸੇ ਵੀ ਸਟੇਟ ਨੇ ਦੇਣਾ ਹੁੰਦਾ, ਅਤੇ 50% ਸੈਂਟਰ ਨੇ ਦੇਣਾ ਹੁੰਦਾ। ਪਰ ਹੁਣ ਦੇਖੋ ਨਾ, ਬਦਕਿਸਮਤੀ ਇਹ ਹੈ ਕਿ ਮੇਰਾ ਮੈਂਬਰ ਪਾਰਲੀਮੈਂਟ ਹੀ ਨਹੀਂ ਲੱਭਦਾ, ਪਰ ਮੈਂ 100% ਫੰਡਿੰਗ ਪੰਜਾਬ ਗਵਰਨਮੈਂਟ ਤੋਂ ਕਰਾਈ ਆ, ਔਰ ਵਿਦ ਇਨ ਸ਼ੋਰਟ ਟਰਮ ਇਹ ਚੀਜ਼ ਜਿਹੜੀ ਆ ਮੈਂ ਉੱਥੋਂ NOCਆਂ ਕਰਾਈਆਂ, ਸਭ ਕੁਝ ਕਰਾਉਣ ਤੋਂ ਬਾਅਦ ਓਨ ਗਰਾਊਂਡ ਇਸ ਕੰਮ ਨੂੰ ਸ਼ੁਰੂ ਕਰਵਾਇਆ। ਬੱਸ ਸਟੈਂਡ ਵਾਲਾ ਕਿਉਂ ਅੜ ਗਿਆ? ਬੱਸ ਸਟੈਂਡ ਵਾਲਾ ਪੈਂਡਿੰਗ? ਬੱਸ ਸਟੈਂਡ ਅੜਿਆ ਨਹੀਂ, ਬੱਸ ਸਟੈਂਡ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੱਸ ਦਿੰਦਾ। ਜਿਸ 7 ਨੰਬਰ ਸਕੀਮ 'ਚ ਬੱਸ ਸਟੈਂਡ ਬਣ ਰਿਹਾ, ਇਹ 84.77 ਏਕੜ ਜਿਹੜੀ ਆ ਜ਼ਮੀਨ ਇਹ ਅਕਵਾਇਰ ਕੀਤੀ ਗਈ ਸੀ ਅਕਾਲੀ ਗਵਰਨਮੈਂਟ ਵੇਲੇ।
ਉਦੋਂ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਉਹਨਾਂ ਨੂੰ ਪੇਮੈਂਟਸ ਆਲਮੋਸਟ 18 ਕਰੋੜ ਰੁਪਈਆ ਉਹਨਾਂ ਦੀ ਪੈਂਡਿੰਗ ਸੀ ਅਜੇ ਤੱਕ ਜਦੋਂ ਮੈਂ MLA ਬਣਿਆ 17 'ਚ। ਔਰ ਇਹਦੇ ਵਿੱਚ ਕੀ ਮਸਲਾ ਪਿਆ ਕਿ 18 ਕਰੋੜ ਪੈਂਡਿੰਗ ਹੋਣ ਤੋਂ ਬਾਅਦ 18% ਵਿਆਜ ਦੇ ਨਾਲ ਗੁਰਦਾਸਪੁਰ ਦੇ ਲੋਕਾਂ ਦੇ ਉੱਤੇ ਬੋਝ ਪੈਂਦਾ ਗਿਆ, ਉਹ 27 ਕਰੋੜ ਅਮਾਊਂਟ ਬਣ ਗਈ। ਨਲੈਕੀ ਆ, ਪੋਲੀਟੀਕਲ ਲੀਡਰਾਂ ਦੀ ਨਲੈਕੀ ਹੈ। ਜਿਹੜਾ ਉਸ ਵੇਲੇ MLA ਸੀ ਨਲੈਕੀ ਹੈ, ਜੇ ਮੈਂ ਹੁੰਦਾ ਮੇਰੀ ਵੀ ਨਲੈਕੀ ਹੁੰਦੀ ਕਿ ਅਸੀਂ ਲੋਕਾਂ ਦੀਆਂ ਇੱਕ ਤਾਂ ਪੁੱਤਾਂ ਵਰਗੀਆਂ ਜ਼ਮੀਨਾਂ ਨੂੰ ਅਸੀਂ ਅਕਵਾਇਰ ਕਰ ਲਈਏ, ਫਿਰ ਉਹਨਾਂ ਨੂੰ ਪੇਮੈਂਟ ਟਾਈਮ ਨਾਲ ਨਾ ਦਈਏ, ਔਰ ਫਿਰ 18% ਵਿਆਜ ਨਾ ਤਾਂ ਉਹ ਵਿਆਜ ਹੁਣ ਪਾੜੇ ਨੇ ਦੇਣਾ, ਨਾ ਵਿਆਜ ਬੱਬੇ ਵਾਲੀ ਸਾਹਿਬ ਨੇ ਦੇਣਾ। ਵਿਆਜ ਕਿੰਨੇ ਦੇਣਾ ਆ? ਗੁਰਦਾਸਪੁਰ ਦੇ ਲੋਕਾਂ ਨੇ ਦੇਣਾ ਆ। ਗੁਰਦਾਸਪੁਰ ਦੇ ਲੋਕ ਕਹਿੰਦੇ ਸੈਨਿਕ ਸਕੂਲ ਔਰ ਮੈਡੀਕਲ ਕਾਲਜ ਦੇ ਵੀ ਵਾਅਦੇ ਆਉਣ ਲੱਗਾ। ਮੈਂ ਬੱਸ ਸਟੈਂਡ ਦੀ ਤੁਹਾਨੂੰ ਕਲੀਅਰ ਕਰਦਾ ਕਿ ਕਿਉਂ ਲੇਟ ਹੋਇਆ। 27 ਕਰੋੜ ਰੁਪਈਆ ਕਿਹਦੀ ਜ਼ਿੰਮੇਵਾਰੀ ਬਣ ਗਈ? ਮੇਰੀ ਜ਼ਿੰਮੇਵਾਰੀ, ਲਾਇਬਿਲਟੀ ਮੇਰੀ ਬਣ ਗਈ ਕਿ ਮੈਂ ਉਹ ਲੋਕਾਂ ਵਿਚਾਰਿਆਂ ਨੂੰ ਪੈਸੇ ਵੀ ਦੇਣੇ ਆ, ਮੈਂ ਬੱਸ ਸਟੈਂਡ ਵੀ ਬਣਾਉਣਾ ਆ। ਜੇ ਮੈਂ ਬੱਸ ਸਟੈਂਡ ਟਾਈਮ ਨਾਲ ਬਣਾਉਣਾ ਹੁੰਦਾ ਨਾ, ਜੇ ਇਹਨਾਂ ਲੋਕਾਂ ਵਾਂਗੂ ਮੈਨੂੰ ਪੀੜ ਨਾ ਹੁੰਦੀ ਕਿ 18% ਵਿਆਜ ਪੈਂਦਾ ਤਾਂ ਪਈ ਜਾਏ, ਸਰਕਾਰ ਨੇ ਦੇਣਾ। ਸਰਕਾਰ ਅਲਟੀਮੇਟਲੀ ਕਿੱਥੋਂ ਦਿੰਦੀ ਆ? ਲੋਕਾਂ ਦੇ ਉੱਤੇ ਬੋਝ ਆਉਂਦਾ, ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ। ਕੋਈ ਚੀਜ਼ ਇੰਪਲੀਮੈਂਟ ਹੋਣੀ ਆ, ਅਲਟੀਮੇਟਲੀ ਉਹ ਨੀਚੇ ਤੱਕ ਲੋਕਾਂ ਦੇ ਉੱਤੇ ਆਉਣੀ ਆ। ਉਹ ਪੈਸੇ ਜਿਹੜੇ ਸੀਗੇ, ਮੈਂ 27 ਕਰੋੜ 'ਚੋਂ ਜਿਹੜੀ ਇਹਦੀ ਟਨਿਓਰ ਸੀ, ਇਹਨੇ 48 ਲੱਖ ਰੁਪਇਆ ਦਿੱਤਾ ਲੋਕਾਂ ਨੂੰ। 15.5 ਕਰੋੜ ਰੁਪਈਆ ਮੈਂ ਆਪਣੀ ਟਨਿਓਰ 'ਚ ਲੋਕਾਂ ਨੂੰ ਦੇ ਚੁੱਕਾ ਕਿ ਮੇਰਾ ਵਿਆਜ ਬੰਦ ਹੋਵੇ। ਸੈਕਿੰਡ, ਇਹ ਬੱਸ ਸਟੈਂਡ ਬੜੀ ਦੇਰ ਦਾ ਮੈਂ ਬਣਾ ਸਕਦਾ ਸੀਗਾ ਜੇ ਮੈਂ ਕਰਜ਼ਾ ਚੱਕ ਲੈਂਦਾ। ਤਾਂ ਮੇਰੀ ਇੱਕੋ ਤਮੰਨਾ ਸੀ ਯਾਰ, ਮੈਂ ਕਰਜ਼ਾ ਨਾ ਚੱਕਾਂ। ਜੇ ਕਰਜ਼ਾ ਚੱਕ ਲਿਆ, ਇੱਕ ਬੰਦੇ ਦੀ ਸੇਕ 'ਤੇ ਲੱਗੀ ਹੋਏ ਪੋਲੀਟੀਕਲ ਸਿਸਟਮ, ਮੇਰੀ ਇੱਕ ਕਰੀਅਰ ਸਟੇਕ 'ਤੇ ਲੱਗ ਜੇ ਕਿ ਯਾਰ ਜੇ ਮੈਂ ਨਾ ਬਣਾਇਆ, ਮੈਂ ਇਲੈਕਸ਼ਨ ਜਿਹੜਾ, ਦੈਨ ਆਲਸੋ ਆਈ ਹੈਵ ਟਰਾਈਡ ਮਾਈ ਬੈਸਟ ਕਿ ਮੈਂ ਇਹਦੇ ਵਾਸਤੇ ਲੋਨ ਨਾ ਲਵਾਂ। ਅੱਜ ਬਿਨਾਂ ਕਰਜ਼ੇ ਤੋਂ ਬੱਸ ਸਟੈਂਡ ਵੀ ਬਣਾ ਰਿਹਾ। ਔਰ ਇਹ ਪ੍ਰੋਜੈਕਟ ਚੱਲ ਰਿਹਾ, ਚਲੋ ਆਪਾਂ ਗੱਲ ਖਤਮ ਕਰਦੇ ਹਾਂ। ਕਦੋਂ ਤੱਕ ਲੋਕਾਂ ਨੂੰ ਇਹ ਸਹੂਲਤ ਸਰਵਿਸ ਮਿਲ ਜਾਏਗੀ? 85% ਬੱਸ ਸਟੈਂਡ ਕੰਪਲੀਟ ਹੋ ਚੁੱਕਾ ਆ। ਅੰਡਰ ਕਿੰਨਾ ਮਹੀਨਾ? 2 ਮਹੀਨੇ। ਤੁਸੀਂ ਸਵੇਰੇ ਮੇਰੀ ਗੱਲ ਸੁਣ, 14B ਦੀ ਜਿਹੜੀ ਅੱਜ ਰਿਕੁਆਇਰਮੈਂਟ ਆ, 24B ਦਾ ਬੱਸ ਸਟੈਂਡ ਬਣਾਇਆ, ਆਉਣ ਵਾਲੇ 50-60 ਸਾਲ ਵੀ ਇਹਨੂੰ ਵੇਖਣ ਦੀ 70 ਸਾਲ ਲੋੜ ਨਹੀਂ ਪੈਣੀ। ਬੱਸ ਸਟੈਂਡ ਸਵੇਰੇ ਤੁਸੀਂ ਜਾਂਦੇ ਵੇਖ ਲਓ ਬੱਸ ਸਟੈਂਡ। ਚਲੋ ਮੈਂ ਆ ਜਾਂਦਾ ਹੁਣ, ਤੁਹਾਡੀ ਲਿਸਟ ਬੜੀ ਲੰਬੀ ਹੋ ਗਈ, ਤੁਸੀਂ ਡਿਵੈਲਪਮੈਂਟ ਦੀ ਲਿਸਟ। ਮੇਰੀ ਇਹ ਗੱਲ ਤੁਹਾਡੇ ਨਾਲ, ਤੁਹਾਡੇ ਚੈਨਲ 'ਤੇ ਇਸ ਕਰਕੇ ਸ਼ੇਅਰ ਕਰ ਰਿਹਾ ਲੋਕਾਂ, ਲੈਟ ਦਾ ਪਬਲਿਕ ਨੋ ਦਾ ਫੈਕਟਸ ਕਿ ਜਿਹੜਾ ਉਹ 27 ਕਰੋੜ ਆ ਉਹ ਵੀ ਮੈਂ ਲਾ ਰਿਹਾ ਵਿਦਆਊਟ ਇੰਟਰਸਟ, ਬਿਨਾਂ ਪੈਸਿਆਂ ਜਿਹੜੇ ਕਰਜ਼ਾ ਚੱਕਣ ਤੋਂ ਬੱਸ ਸਟੈਂਡ ਬਣਾ ਰਿਹਾ। ਐਂਡ ਯੂ ਵਿਲ ਸੀ ਦਾ ਫੈਕਟਸ ਕਿ ਬੱਸ ਸਟੈਂਡ ਜਦੋਂ ਚਾਲੂ ਹੋਊਗਾ, 3-5 ਕਰੋੜ ਰੁਪਇਆ ਇਨਕਮ ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਨੂੰ ਐਨੂਅਲੀ ਹੋਏਗੀ, ਜਿਹੜੇ ਪੈਸੇ ਗੁਰਦਾਸਪੁਰ ਦੇ ਲੋਕਾਂ ਦੀ ਡਿਵੈਲਪਮੈਂਟ 'ਤੇ ਲੱਗਣਗੇ। ਬੱਸ ਸਟੈਂਡ ਦਾ ਕੀ ਸੀ, ਇੱਕ 15-16 ਕਰੋੜ ਸਰਕਾਰ ਲਈ ਲੈਣਾ ਕਿੱਡੀ ਔਖੀ ਗੱਲ ਹੈ? ਮੈਂ ਵਿਆਜ ਚੱਕਦਾ ਅਤੇ ਬਣਾ ਦਿੰਦਾ, ਬਟ ਮੈਂ ਆਪਣੀ ਲੋਇਲਟੀ ਜਿਹੜੀ ਆ ਉਹ ਕਾਇਮ ਰੱਖਾਂਗਾ। ਮੈਂ ਲੋਕਾਂ ਨਾਲ ਵਾਅਦਾ ਕੀਤਾ, ਵਿਸ਼ਵਾਸ ਨਹੀਂ ਤੋੜਾਂਗਾ। ਬਿਨਾਂ ਕਰਜ਼ੇ ਤੋਂ ਬੱਸ ਸਟੈਂਡ ਬਣਾਇਆ ਔਰ ਅੰਡਰਬ੍ਰਿਜ ਬਣਾ ਰਿਹਾ। ਰਹੀ ਗੱਲ ਤੁਸੀਂ ਪਹਿਲਾਂ ਕੀਤੀ ਆ ਸੈਨਿਕ ਸਕੂਲ ਦੀ, ਸੈਨਿਕ ਸਕੂਲ ਵਾਸਤੇ ਬੜੀ ਜਦੋਜਹਿਦ ਕੀਤੀ, ਪੰਜਾਬ 'ਚ ਇੱਕ ਮਿਲਿਆ, ਉਹ ਗੁਰਦਾਸਪੁਰ ਲੈ ਕੇ ਆਇਆ। ਪਿੰਡ ਡੱਲਾ ਗੋਰੀਆ 'ਚ 42 ਏਕੜ ਲੈਂਡ ਦਿੱਤੀ ਆ, ਤੁਹਾਨੂੰ ਪਿੱਛੇ ਅਖਬਾਰਾਂ ਵੀ ਕੱਢ ਲਓ ਉਹਦੇ ਵਾਸਤੇ। ਮਨਪ੍ਰੀਤ ਬਾਦਲ ਜੀ ਨੂੰ ਰਾਜਨਾਥ ਸਿੰਘ ਹੋਣਾਂ ਕੋਲ ਭੇਜਿਆ, ਉੱਥੇ ਰਿਕੁਐਸਟ ਵੀ ਕਰਕੇ ਆਏ। ਪਾਰਲੀਮੈਂਟ ਦੇ ਵਿੱਚ ਵੀ ਸਾਡੇ MPs ਨੇ ਰੌਲਾ ਪਾਇਆ ਕਿ ਗੁਰਦਾਸਪੁਰ ਜਿਹੜਾ ਸੈਨਿਕ ਸਕੂਲ ਆ ਇਹਨੂੰ ਜਲਦੀ ਚਾਲੂ ਕਰਾਇਆ ਜਾਵੇ। ਉਹਦੇ 'ਤੇ ਉਹਨਾਂ ਨੇ ਹੁਣ ਕੋਈ ਓਬਜੈਕਸ਼ਨਸ ਲਾ ਕੇ ਭੇਜੇ ਆ, ਜਿਹਦੇ 'ਚ ਮੈਨੂੰ ਜਿੰਨੇ ਤੱਕ ਮੇਰੀ ਨੌਲੇਜ ਆ, ਉਹਨਾਂ ਨੇ ਕਿਹਾ ਕਿ ਜਿਹੜਾ ਸੈਨਿਕ ਸਕੂਲ ਕਪੂਰਥਲੇ ਆ ਉਹਦੀਆਂ ਤਨਖਾਹਾਂ, ਉਹਨਾਂ ਦੀਆਂ ਲਾਇਬਿਲਟੀਜ਼ ਪੰਜਾਬ ਗਵਰਨਮੈਂਟ ਬੀਅਰ ਕਰੇ। ਦੈਟ ਉਹ ਹੋ ਹੀ ਨਹੀਂ ਸਕਦੀ ਪੋਸੀਬਿਲਿਟੀ। ਹੁਣ ਜਿਹੜੇ ਜਿਸ ਪਲੇਟਫਾਰਮ 'ਤੇ ਸਰਕਾਰ ਤੋਂ ਸਰਕਾਰ ਇਹਨਾਂ ਦੀ ਗੱਲ ਹੋਈ ਆ, ਮੇਰੇ ਖਿਆਲ ਨਾਲ ਕਿ ਜਿੱਦਾਂ 1 ਟਾਈਮ ਗ੍ਰਾਂਟ ਯੂਨੀਵਰਸਿਟੀ ਨੂੰ ਦਿੰਦੇ ਆ, ਉਸ ਲੈਵਲ ਦੀ ਗੱਲ ਇਹਨਾਂ ਦੀ ਚੱਲ ਰਹੀ ਆ। ਜਿਹੜੇ ਓਬਜੈਕਸ਼ਨਸ ਆਏ ਆ ਦੈਟ ਵਿਲ ਬੀ ਰਿਮੂਵਡ ਵੈਰੀ ਸੂਨ। ਇਸ ਕਰਕੇ ਵੀ ਵਰਿੰਦਰ ਪਾੜਾ ਨੂੰ ਮੁਸ਼ਕਲਾਂ ਆਉਂਦੀਆਂ ਨੇ ਕਿ ਲੋਕਾਂ ਨੇ, ਇੱਥੇ ਦੇ ਲੋਕਾਂ ਨੇ ਸਨੀ ਦਿਓਲ ਨੂੰ ਲੋਕ ਸਭਾ 'ਚ ਭੇਜਤਾ, ਉਹ ਤੁਹਾਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ? ਮੁਸ਼ਕਲਾਂ ਆਉਂਦੀਆਂ ਨੇ, ਆਈ ਐਮ ਫੀਲਿੰਗ ਹੈਂਡੀਕੈਪ, ਮੈਂ ਅਪਾਹਜ ਫੀਲ ਕਰ ਰਿਹਾ। ਆਈ ਐਮ ਏ ਫਸਟ ਟਾਈਮਰ, ਆਈ ਵਾਂਟ ਅ ਸਪੋਰਟ ਆਫ ਮਾਈ ਮੈਂਬਰ ਪਾਰਲੀਮੈਂਟ, ਬਟ ਅਨਲੱਕੀਲੀ ਗੱਲ ਹੋਈ ਹੈ। ਜਦੋਂ ਦੇ MP ਬਣੇ ਨੇ, ਕੋਈ ਪ੍ਰੋਜੈਕਟ ਨੂੰ ਲੈ ਕੇ ਤੁਹਾਡੀ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੋਵੇ? ਮੇਰੀ ਤਾਂ ਛੱਡੋ, ਜੇ BJP ਵਾਲਿਆਂ ਨੂੰ ਪੁੱਛ ਲਓ, ਉਹਨਾਂ ਦੀ ਹੋਈ ਹੈ ਤੇ ਮੈਂ ਤਾਂ ਫਿਰ ਓਪੋਜੀਸ਼ਨ ਦਾ MLA ਹਾਂ। ਤੁਸੀਂ ਸ਼ਹਿਰ 'ਚ ਕਿਸੇ ਨੂੰ ਪੁੱਛ ਲਓ, ਕਿਸੇ ਕੋਲ ਨੰਬਰ ਵੀ ਨਹੀਂ ਹੋਣਾ। ਇਹ ਬਦਕਿਸਮਤੀ ਮੇਰੀ ਨਹੀਂ ਆ, ਮੇਰੇ ਇਲਾਕੇ ਦੀ ਆ ਕਿ ਮੈਂਬਰ ਪਾਰਲੀਮੈਂਟ ਮੇਰੀ ਉਹਦੇ ਜਿਹਦੀ ਮੈਨੂੰ ਸਪੋਰਟ ਪਾਰਲੀਮੈਂਟ 'ਚ ਰੌਲਾ ਪਾਉਣ ਦੀ ਸੀ ਉਹ ਨਹੀਂ ਹੈਗਾ। ਔਰ ਸੈਕਿੰਡ, ਮੇਰੀ ਇੱਕ ਤਮੰਨਾ ਸੀਗੀ ਕਿ ਗੁਰਦਾਸਪੁਰ ਮੈਡੀਕਲ ਕਾਲਜ ਬਣੇ, ਉਹ ਕਿਉਂ? ਅਸੀਂ ਬਾਰਡਰ ਏਰੀਏ ਦੇ ਉੱਤੇ ਬੈਠੇ ਹਾਂ। ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ, ਜਿੱਥੇ ਕਿ 50% ਪੇਸ਼ੈਂਟਸ J&K ਹਿਮਾਚਲ ਦੇ ਆਉਂਦੇ ਨੇ। ਔਰ ਤਰੱਕੀ ਕਿਹਨੂੰ ਕਹਿੰਦੇ ਆ? ਤਰੱਕੀ ਕਹਿੰਦੇ ਆ ਕਿ ਜਦੋਂ ਸੈਨਿਕ ਸਕੂਲ ਖੁੱਲ੍ਹੇ ਇੰਡੀਆ ਦੇ ਨਕਸ਼ੇ 'ਤੇ, ਗੁਰਦਾਸਪੁਰ ਸੈਨਿਕ ਸਕੂਲ,
गुरदासपुर मेडिकल कॉलेज उहदे नाल दुकानदारां दी कारोबार वधना, इकोनमी नूं बूस्ट होना, किसी ने तौलिया खरीदना, किसी ने साबण खरीदना, किसी ने ब्रश खरीदना, इकोनमी किवें बूस्ट हुंदी है। सैकेंड, जे मैडिकल कॉलेज के उत्ते मैं जोर लाया जिन्ना मेरे च सीगा मैं लाया, और जिहड़ा बाहर हॉस्पिटल सीगा साडा पहला वो 100 बैडेड आ। जदों मैं इस गल नूं शुरू किया विधानसभा दे विच मुद्दा चक्या, बड़ी अग्रैसिवली मैं उत्थे अपनी सरकार नूं कहा, तो उन्होंने कहा कि गुरदासपुर मैडिकल कॉलेज जिहड़ा इह दित्ता जाऊगा। फिर उन्होंने उहदी जिहड़ी मुढ़ली शर्त सीगी उह सीगी कि हॉस्पिटल शुड बी 200 बैडेड। फिर मैं वो सरकार को 200 बैडेड कराया और 300 बैडेड लिए मैं लिख चुका। उस तो बाद जो ये प्रोसैस चल गया कि मैनू गवर्नमेंट तो चिट्ठी आई कि वी नीड अ लैंड 88 एकड़ लैंड विद इन अ रेडियस ऑफ 10 किलोमीटर फ्रॉम द एग्जिस्टिंग हॉस्पिटल। जिहड़ा हॉस्पिटल उत्थे पया होया उहदे तो 10 किलोमीटर के घेरे च कि भी 8 एकड़ लैंड दे दो। मैं उत्थों मेरे ख्याल किलो या 1.5 मीटर किलो 1.5 किलोमीटर के घेरे च 8 एकड़ लैंड ट्रांसफर कर चुका हैल्थ डिपार्टमेंट नूं। हुण फिर गल आ गई सेंटर दी मंजूरी। चलो मैं आ जाना, मैंबर पार्लीमेंट साडा हुंदा ते या मैं एमपी हुंदा ते मैं उत्थे कंधा हिला दिंदा मैंबर पार्लीमेंट। तुसीं सेंटर नाल जदों तुहाडा राबता होना सीगा तां तुसीं हैंडीकैप फील कीता। एक दौर वह भी आया जदों पंजाब कांग्रेस MLAs ने अपनी विदिन गवर्नमेंट भी हैंडीकैप महसूस किया और उस करके पंजाब की राजनीति हिली, मुख्यमंत्री बदले गए। बरिंदर पाड़ा जदों ये सारी रणनीति होंगी है इतने तो लोगों के नाल रेंदे ने, जदों चंडीगढ़ जाते हैं यहोजे की करते हैं कि उसे सरकार तक हिल गई, मुख्यमंत्री बदल गया। बरिंदर पाड़ा बड़ा चेहरा जिहड़ा बार बार नज़र आता सी सानू गड्डिया च भी नज़र आता सीगा, इहोजी कि किधर सिंगी सी और की सीगा पर्दे दे पिछे तुहाडा की रोल सीगा हुण ते अज दसो। देखो कुछ रोल होंदे आ पर्दे पिछे रहण ते सारा कुछ हुण तां हो गया, कोड भी लग गया, हुण ते मुख्यमंत्री भी बदल गया। देखो गल इह आ जदों बंदा एक बंदे दा ना ट्रांसपेरेंसी हुंदी आ, मैं तुहाडे नाल बैठा आ इत्थे गल होर करां पिठ पिछे जा के तुहाडे खिलाफ बोलां तो ऑटोमैटिकली तुहाडे किरदार ते शक हो जांदा। मैं जिस बंदियां नाल खड़े हाँ जिस अपनी लीडरशिप नाल खड़े हाँ दिलों खड़े हाँ, और थोड़ी जी मेरी ये गल है कि मैं सच ते खड़ना। जे मैनूं लग्या कि भाई आ गलत आ, चाहे मेरी टिकट कट्टी जांदी, कैप्टन अमरिंदर सिंह कोई छोटा मोटा कद थोड़ी सीगे, बड़े सीनियर आ, मेरे सत्कारयोग आ, मैं जिहड़े एज दे मुताबिक मैं उहनां दा दिलों सत्कार करदा, पर जे पोलिटिकली कहो तो मैं गलत उहनां दे खिलाफ स्टैंड लिया और स्टैंड लै के ते फिर स्टैंड अपने हुण स्टैंड लिया हुण ठीक महसूस कर रहे हो क्योंकि हुण तुसीं देख रहे होवोगे होर्डिंग लग गया तुहाडी पार्टी ने ते 3 चेहरे सामने लियाते, किवें देख रहे हो तुसीं 111 दिन चरणजीत सिंह चन्नी दे, किवें देख रहे हो नवजोत सिंह सिद्धू की प्रधानगी क्योंकि तुहानूं ते मैं सारिआं नाल देखिआ, किवें हुण देख रहे हो सुनील जाखड़ दे नाल वी तुसीं रहे हो, 3 चेहरे सामने आ गए। एक तां तुसीं बेबाकी नाल बोल रहे हो, मैनूं इह दस्सो कि तुसीं पार्टी दे अंदर विदिन की ओपीनियन देना चाहोगे कि सीएम चेहरा होना चाहिए, अनाउंस पहले होना चाहिए, जे होना चाहिए तो तुहाडी पसंद कौन आ, पहले पहली पसंद तुसीं उह दस्सो और बाकियां दे जे ते मेरे कह अनाउंस हुंदा मैनूं करा दिओ। नहीं तुसीं इन्ने जे इन्ने ही हलचल पैदा करदे, इक्को गल किसे ना जे ते मेरे आ मैनूं करा दिओ, आपे MLA नूं मैं कराणा ते तुसीं पहले वाले तुसीं बदलवाए। मैं कौन होना, मेरी गल सुणो, पहले वाले बदलवा सकदे हो ते चेहरा भी सामने लिया ही सकदे हो। मेरी मैं उहनां दा धन्नवाद करदा जिहड़े लीडर मैनूं इन्नी इज्जत दिंदे आ, मैं इन्नी औकात दा मालक नहीं, पर इह गल तुहानूं दस दिंदा कि कांग्रेस पार्टी जिहड़ी आ ना इह लिमिटेड कंपनी नहीं आ। मैं ये 17 च जो टिकट लैनी सी मैं 40 दिन दिल्ली रहा, ये पूरी ब्रिज के जाके टिकटा मिलदिया ने, अज शायद ना जितता हों तो मैं टिकट कट्टी जानी सी मेरी, पर इत्थे तक सवाल CM चेहरे का, ये चाहे वह 5 चेहरे होण, वेखो कांग्रेस तो लकी है जिसे कोई चेहरे ही इन्ने, केजरीवाल साहब कोई एक भी चेहरा नहीं, एक भगवंत मान सीगे तो उन्होंने किन्ना सोहना ड्रामा खेडिया कि दसो भाई तुहाडी पसंद किहड़ी आ, तुसीं मैनूं दस दिओ किहड़े कैपेबल चेहरे सीगे उहनां कोल जिहड़ी इन्नी गुंजल पै गई। उहनां विरोधी कहिंदे कि इक कुर्सी ते फिर 3 किवें बिठा लोगे, कुर्सी ते इक ही बैठेगा, उहनां नूं लोकी कन्फ्यूज हो रहे ना क्यों बैठेगा। उहनां नूं कहो कि जिहड़े पिछली वार 20-22 तुसीं बिठाए सी अपने MLA उह तुहाडे तों नहीं सांभेगे, 4 तुसीं MP बणाए उह तुहाडे तों नहीं सांभेगे, जिहड़ी तुहाडे निशान ते अज टिकटां लड़ रहे आ उह छड्ड के कांग्रेस दे सिंबल ते आ गए, घट्टो घट तुसीं उन्हां नूं सांभो, किसी के घर की फिक्र ना करो, जे अपने घर च कोई चंगा सिस्टम ना चलता किसे विरोधी गवांढी की कंध च झाती ना मारो। कांग्रेस 70 साल पुरानी पार्टी है जिन्हां ने अज जे अज तुसीं गल्लां करदे हो एयर इंडिया की रेलवेज़ की जिहड़ी कि अज बदकिस्मती नाल विकण लग गई, कांग्रेस की देन सी ते सेंटर सरकार जिहड़ी अज दी आ उह वेचण ते लगी हुई आ। सो कांग्रेस नूं
चाहे वो पाड़ा रवे ना रवे कोई फर्क नहीं, चाहे वो चरणजीत सिंह चन्नी रहन ना रहन, सिद्धू साहब रहन ना रहन, कोई भी बंदा कैप्टन अमरिंदर सिंह रहन ना रहे, कांग्रेस ने रहना ही रहना आ। इस करके तीन चेहरे होण, पंज चेहरे होण, जिस दिन अजे एम एल ए बन के आना है, अगे चरणजीत सिंह चन्नी बनाया तो पार्टी ने जिन्हों उन्हें मान दिता, पार्टी के फैसले दिते सी सारे। चन्नी दे 111 दिनों किवें देख रहे? ये तो पब्लिक दसूगी, मैं तो उन्होंने वेखो एम एल ए हाँ, तुम मैं एक गल दसो जो उन्होंने उत्ते क्वेश्चन बार बार इन्होंने, क्योंकि आई टी सैल दे ना ये बड़े माहिर बंदे ने केजरीवाल साहब, इन्होंने प्रजेंट किया जी चरणजीत सिंह चन्नी जदन उत्थे होटल दे विच प्रेस कॉन्फ्रेंस की है, शायद तुम भी उत्थे सी, मैं भी उत्थे सीगा, इन्हां कहा जी ते ऐलान ही करदे आ, इह ते काम नहीं, इंप्लीमेंट नहीं होया कुछ भी, वन बाय वन नाल नोटिफिकेशनस ਨਾਲ ਇੰਪਲੀਮੈਂਟ ਜਿਵੇਂ ਹੋਇਆ ਉਹ ਤੁਹਾਨੂੰ ਦੱਸਿਆ। ਮੈਂ ਲੰਬਾ ਨਹੀਂ ਕਹਿੰਦੇ ਇੱਥੇ, ਮੈਂ ਸਾਰੀ ਸਾਰਿਆਂ ਨੇ ਸੁਣੀ, ਇੱਕੋ ਗੇਂਟ 'ਚ ਤੁਹਾਨੂੰ ਮੈਂ ਅੱਧਾ ਮਿੰਟ ਲੈਣਾ ਹੋਰ, ਤੁਸੀਂ ਦੱਸ ਦਿਓ ਕਿ ਜਿਹੜੇ ਅਕਾਲੀ ਗਵਰਨਮੈਂਟ ਨੇ ਉਹ ਐਗਰੀਮੈਂਟਸ ਕੀਤੇ ਸੀਗੇ ਉਹਨਾਂ ਕਰਕੇ ਲੋਕਾਂ ਗਰੀਬਾਂ ਦੇ ਉੱਤੇ ਬੋਝ ਪਿਆ, ਉਹ ਬਿੱਲ ਮਾਫ਼ ਕੀਤੇ ਨਹੀਂ ਕੀਤੇ, 3 ਰੁਪਏ ਬਿਜਲੀ ਦਾ ਰੇਟ ਘਟਾਇਆ ਨਹੀਂ ਘਟਾਇਆ? ਸਾਡਾ ਸਭ ਉਹ ਇਸ਼ਤਿਹਾਰ ਹੋ ਰਿਹਾ ਤੁਹਾਡਾ, ਉਹ ਤੁਸੀਂ ਲਗਾਤਾਰ ਜਵਾਬ ਹਰ ਮੰਚ 'ਤੇ ਦੇ ਰਹੇ ਹੋ। ਮੈਂ ਇੱਥੇ ਤੁਹਾਨੂੰ ਇੱਥੇ ਪੌਜ਼ ਲੈ ਲਓ, ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਤੁਸੀਂ ਗਿਣਾ ਰਹੇ ਹੋ ਚਰਨਜੀਤ ਸਿੰਘ ਚੰਨੀ ਨੇ ਵੀ ਗਿਣਾਤਾ, ਪਰ ਨਵਜੋਤ ਸਿੰਘ ਸਿੱਧੂ ਆ ਕੇ ਵਾਰ ਵਾਰ ਸਵਾਲ ਚੱਕ ਦਿੰਦੇ ਨੇ। ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਨਾਲ ਗੱਡੀ ਸਫ਼ਰ ਕਰਦੇ ਹੋ, ਨਾਲ ਉਹਨਾਂ ਦੇ ਨਾਲ ਰਹਿੰਦੇ ਹੋ, ਤਾਂ ਕਹਿੰਦੇ ਨਹੀਂ ਉਹਨਾਂ ਨੂੰ, ਕਹਿੰਦੇ ਨੇ ਕਿ ਨਾ ਆਪਣੀ ਸਰਕਾਰ 'ਤੇ ਸਵਾਲ ਚੁੱਕੋ? ਕਾਂਗਰਸ ਪਾਰਟੀ ਹੈ ਜਿਹਦੇ 'ਚ ਸਵਾਲ ਚੱਕ ਸਕਦਾ ਕੋਈ? ਅਕਾਲੀ ਦਲ 'ਚ ਚੱਕ ਕੇ ਦੱਸੋ, ਆਮ ਆਦਮੀ ਪਾਰਟੀ ਚੱਕ ਕੇ ਦੱਸੋ, ਮੋਢੇ ਦੇ ਉੱਤੇ ਬੁਸਤਰਾ ਬੰਨ ਕੇ ਉਸ ਵੇਲੇ ਉਹ ਮਾਰਦੇ ਬਾਹਰ। ਕਾਂਗਰਸ ਪਾਰਟੀ ਜਿਹ 'ਚ ਪਾੜਾ ਵੀ ਸਵਾਲ ਚੱਕ ਸਕਦਾ, ਉਨੀ ਸਵਾਲ ਫਿਰ ਕੇਜਰੀਵਾਲ ਚੱਕਦੇ ਨੇ, ਉਹੀ ਉਹ ਚੱਕ ਦਿੰਦੇ ਕਿ ਐਲਾਨ ਹੀ ਕਰੀ ਜਾ ਰਹੇ ਹੋ, ਨਾ ਕੇਬਲ ਸਸਤਾ ਮਿਲਣਾ ਨਾ ਰੇਤ ਸਸਤੀ ਮਿਲ ਸਕਦੀ। ਫਿਰ ਨਵਜੋਤ ਸਿੰਘ ਸਿੱਧੂ ਨੂੰ ਤੂੰ ਪਾਰਟੀ ਕੁਛ ਕਹਿੰਦੀ ਨਹੀਂ, ਪਾਰਟੀ ਦੇ ਨੁਮਾਇੰਦੇ ਕੁਛ ਨਹੀਂ ਕਹਿੰਦੇ? ਠੀਕ ਆ, ਪਾਰਟੀ ਨੇ ਸਾਨੂੰ ਲੋਕਾਂ ਨੇ ਸਿੱਧੂ ਸਾਹਿਬ ਨੂੰ ਵੀ ਲੋਕਾਂ ਨੇ ਵੋਟਾਂ ਪਾਉਣੀਆਂ, ਚੰਨੀ ਸਾਹਿਬ ਨੂੰ ਵੀ ਲੋਕਾਂ ਨੇ ਵੋਟਾਂ ਪਾਉਣੀਆਂ, ਪਾੜੇ ਨੂੰ ਵੀ ਲੋਕਾਂ ਨੇ ਵੋਟਾਂ ਪਾਉਣੀਆਂ ਹੈ। ਇਹ ਲੋਕਾਂ ਨੇ ਡਿਸਾਈਡ ਕਰਨਾ ਆ ਕਿ ਉਹਨਾਂ ਨੂੰ ਬੈਨੀਫਿਟ ਪਹੁੰਚਿਆ ਨਹੀਂ ਪਹੁੰਚਿਆ। ਕੋਈ ਮੇਰੀ ਆਪਣੀ ਇੰਡੀਵਿਜੁਅਲ ਕੋਈ ਹੋ ਸਕਦੀ ਆ ਕਿ ਯਾਰ ਮੈਨੂੰ ਕਿਸੇ ਨਾਲ ਗਿਲਾ ਆ, ਬਟ ਮੇਰੇ ਕਿਹਾ ਲੋਕਾਂ ਬਦਲ ਨਹੀਂ ਜਾਣਾ, ਲੋਕਾਂ ਪਾਰਟੀ ਨੂੰ ਡੈਮੇਜ ਹੁੰਦਾ ਪਾਉਣੀਆਂ, ਪਾਰਟੀ ਨੂੰ ਡੈਮੇਜ ਹੁੰਦਾ, ਕਿਤੇ ਨਾ ਕਿਤੇ ਇਹ ਚੀਜ਼ ਨੂੰ ਡੈਮੇਜ ਮਾੜਾ ਮੋਟਾ ਹੁੰਦਾ ਆ, ਪਰ ਇਸ ਚੀਜ਼ ਨੂੰ ਇਹ ਵੀ ਨਾਲ ਮੈਨੂੰ ਖੁਸ਼ੀ ਆ ਕਿ ਪਾਰਟੀ ਦੇ ਵਿੱਚ ਯਾਰ ਡੈਮੋਕ੍ਰੇਸੀ ਤਾਂ ਹੈਗੀ ਆ, ਚਾਹੇ ਤੁਸੀਂ ਖਿਲਾਫ਼ ਬੋਲੋ ਚਾਹੇ ਤੁਸੀਂ ਹੱਕ 'ਚ ਬੋਲੋ, ਤੁਸੀਂ ਬੋਲ ਤਾਂ ਯਾਰ ਸਕਦੇ ਹੋ। ਕਿਸੇ ਪਾਰਟੀ 'ਚ ਤਾਂ ਸਾਹ ਵੀ ਨਹੀਂ ਲਿਆ ਜਾਂਦਾ, ਅਸੀਂ ਅਕਾਲੀ ਦਲ 'ਚ ਬੜੇ ਪੁਰਾਣੇ ਰਹੇ ਹਾਂ, ਸਾਹ ਵੀ ਨਹੀਂ ਸੀ ਲੈ ਸਕਦੇ, ਆਮ ਆਦਮੀ ਪਾਰਟੀ 'ਚ ਸਾਹ ਵੀ ਨਹੀਂ ਲਿਆ ਜਾਂਦਾ। ਇਸ ਕਰਕੇ ਕਾਂਗਰਸ ਦਾ ਕਲਚਰ ਹੈ ਕਿ ਲੋਕਾਂ ਦੀ ਪਾਰਟੀ ਰਹੀ ਆ ਅਤੇ ਡੈਮੋਕ੍ਰੇਸੀ ਇਹਦੇ 'ਚ ਜਿੰਦਾ ਆ, ਅਤੇ ਚਾਹੇ ਇੱਕ ਛੋਟਾ ਜਿਹਾ ਮੇਰੇ ਵਰਗਾ ਬੰਦਾ ਵੀ ਬਵਾਕੀ ਨਾਲ ਆਵਾਜ਼ ਚੱਕਦਾ, ਅਤੇ ਚਾਹੇ ਬੜਾ ਸੀਨੀਅਰ ਕੱਦ ਵਾਲੇ ਉਹ ਵੀ ਆਵਾਜ਼ ਚੱਕਦੇ ਹੋ, ਇੱਕੋ ਪਾਰਟੀ ਜਿਹਦੇ 'ਚ ਤੁਸੀਂ ਆਵਾਜ਼ ਚੱਕ ਸਕਦੇ। ਮੈਂ ਹੁਣ ਤੁਹਾਡੇ ਹਲਕੇ ਦੀ ਆਵਾਂਗਾ, ਪਰ ਇੱਕ ਆਖਰੀ ਸਵਾਲ, ਸੁਖਜਿੰਦਰ ਰੰਧਾਵਾ ਦੇ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਕੁਛ ਮਿੰਟ ਹੀ ਦੂਰ ਰਹਿ ਗਈ ਸੀਗੀ, ਪਰ ਹੁਣ ਜਦੋਂ 3 ਚਿਹਰੇ ਤੁਸੀਂ ਦੇਖ ਰਹੇ ਹੋ 'ਚ ਸੁਖਜਿੰਦਰ ਰੰਧਾਵਾ ਦਾ ਨਾਮ ਨਹੀਂ, ਔਰ ਤੁਸੀਂ ਸਭ ਤੋਂ ਕਰੀਬੀ ਸੁਖਜਿੰਦਰ ਰੰਧਾਵਾ ਦੇ ਮੰਨੇ ਜਾਂਦੇ ਹੋ, ਤੁਹਾਡੇ ਹਲਕੇ ਦੇ ਤੁਹਾਡੇ ਇਲਾਕੇ ਦੇ ਮੰਤਰੀ ਵੀ ਨੇ, ਡਿਪਟੀ CM ਨੇ, ਪਰ ਅਗਲੀ ਜੋ ਪ੍ਰਚਾਰ ਹੋ ਰਿਹਾ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਦੀ ਤਸਵੀਰਾਂ ਗਾਇਬ ਨੇ, ਇਹਦਾ ਤੁਹਾਨੂੰ ਕੋਈ ਦੁੱਖ ਜਾਂ ਕੋਈ ਅਫਸੋਸ ਜਾਂ? ਮੇਰੀ ਗੱਲ ਸੁਣ, ਰੰਧਾਵਾ ਸਾਹਿਬ ਉਹਨਾਂ ਨੂੰ 100 ਸਾਲ ਹੋ ਗਿਆ ਕਾਂਗਰਸ ਨਾਲ, ਉਹਨਾਂ ਦੇ ਫਾਦਰ ਸਾਹਿਬ ਤੋਂ ਲੈ ਕੇ, ਅਤੇ ਰੰਧਾਵਾ ਸਾਹਿਬ ਨਾਲ ਮੈਂ ਇੰਡੀਵਿਜੁਅਲੀ ਬੜਾ ਵਰਤਿਆ। ਰੰਧਾਵਾ ਸਾਹਿਬ ਸਿਆਸੀ ਤੌਰ ਦੇ ਉੱਤੇ ਕਾਂਗਰਸ ਉਹਨਾਂ ਦੇ ਖੂਨ 'ਚ ਆ ਬਹੁਤ ਜ਼ਿਆਦਾ, ਉਹਨਾਂ ਨੂੰ ਡਿਪਟੀ CM ਵੀ ਨਾ ਬਣਾਉਂਦੇ ਤਾਂ ਵੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਹੀ ਰਹਿਣਾ ਸੀ, ਉਹਨਾਂ ਨੂੰ ਤੁਸੀਂ ਇਹ ਕਹਿ ਦਿਓ ਕਿ ਭਾਈ ਤੈਨੂੰ MLA ਰੱਖਣਾ ਤਾਂ ਵੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਹੀ ਰਹਿਣਾ ਆ। ਸਿਆਸਤ ਛੱਡ ਸਕਦੇ ਆ ਪਰ ਕਾਂਗਰਸ ਨਹੀਂ ਛੱਡ ਸਕਦੇ, ਅਤੇ ਜਿਸ ਬੰਦੇ ਦੇ ਖੂਨ 'ਚ ਇਸ ਤਰ੍ਹਾਂ ਕਾਂਗਰਸ ਵੜੀ ਹੋਵੇ ਉਹਦੇ ਵਾਸਤੇ ਚੀਫ ਮਿਨਿਸਟਰ ਬਣਨਾ, ਡਿਪਟੀ ਚੀਫ ਮਿਨਿਸਟਰ ਬਣਨਾ ਬਹੁਤ ਛੋਟੀ ਗੱਲ ਆ। ਉਹ ਆ ਜਿਹੜੇ ਲੀਡਰ, ਜਿੱਦਾਂ ਹੁਣ ਤੁਸੀਂ ਸਾਡੇ ਇੱਥੇ ਜਿਹੜੇ MLA ਸੀਗੇ, ਚੇਅਰਮੈਨ ਸੀਗੇ ਰਮਨ ਬਹਿਲ ਜੀ, ਪਾਰਟੀ ਨੇ ਟਿਕਟ ਦਿੱਤੀ ਪਿਛਲੀ ਵਾਰ 22,000 ਨਾਲ ਹਾਰ ਗਏ। ਉਹੀ ਸਵਾਲ 'ਤੇ ਆਉਣਾ ਚਾਹੁੰਦਾ ਸੀ ਤੁਹਾਡੇ ਹਲਕੇ 'ਤੇ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਡਿਵੈਲਪਮੈਂਟ ਦੀ ਲਿਸਟਾਂ 'ਤੇ ਦਿਖਾ ਰਹੇ ਹੋ? ਤੁਸੀਂ ਤੁਹਾਡੇ ਕੋਲ ਕੰਮ ਗਿਰਾਉਣ ਵਾਸਤੇ ਤਾਂ ਹੈਗੇ ਨੇ, ਪਰ ਤੁਹਾਡੇ ਵਾਸਤੇ ਚੁਣੌਤੀ ਵੀ ਉਨੀ ਔਖੀ ਹੋ ਗਈ। ਰਮਨ ਬਹਿਲ ਤੁਹਾਡਾ ਹੀ ਸਾਥ ਛੱਡ ਕੇ ਆਮ ਆਦਮੀ ਪਾਰਟੀ ਜਾਂਦੇ ਨੇ, ਆਮ ਆਦਮੀ ਪਾਰਟੀ ਨੂੰ ਵੀ ਇੱਦਾਂ ਮਹਿਸੂਸ ਕੀਤਾ ਜਾ ਰਿਹਾ ਕਿ ਇਸ ਵਾਰ ਉਹਨਾਂ ਦੀ ਵੇਵ ਵੀ ਹੈ ਸਟਰੋਂਗ ਨਜ਼ਰ ਆ ਰਹੀ ਹੈ, ਉਧਰੋਂ ਅਕਾਲੀ ਦਲ ਵਾਲੇ ਪਿਛਲੀ ਵਾਰ ਵਰਗੀ ਲਾ ਲਓ ਜਾਂ ਜ਼ਿਆਦਾ ਹੈ ਜਾਂ ਨਹੀਂ, ਉਹ ਤਾਂ ਲੋਕਾਂ ਨੇ ਅਖੀਰ 'ਚ ਫੈਸਲਾ ਸੁਣਾਉਣਾ ਹੈ, ਪਰ ਪਾੜਾ ਸਾਹਿਬ ਤੁਹਾਡੇ ਲਈ ਚੁਣੌਤੀ ਤਾਂ ਔਖੀ ਹੋਗੀ। ਇੱਕ ਗੱਲ ਦੱਸੋ ਕਿ ਚੁਣੌਤੀ ਜਦੋਂ ਕੋਈ ਪਾਰਟੀ 'ਚੋਂ ਬੰਦਾ ਛੱਡ ਕੇ ਜਾਂਦਾ ਨਾ, ਔਖੀ ਤਾਂ ਹੁੰਦੀ ਹੈ ਜੇ ਬੰਦਾ ਲੋਕਾਂ 'ਚ ਰਿਹਾ ਹੋਵੇ, ਔਖੀ ਤਾਂ ਹੁੰਦੀ ਆ। ਉਹਨਾਂ ਨੂੰ ਬਣਾਇਆ ਪਾਰਟੀ ਨੇ SS ਬੋਰਡ ਦਾ ਚੇਅਰਮੈਨ, 5 ਸਾਲ ਨਜ਼ਾਰੇ ਲਟਕਾ ਕੇ, ਉਹਨਾਂ ਦੇ ਖੱਬੇ ਸੱਜੇ ਬਹਿਣ ਵਾਲੇ ਦਾ ਕਿਸੇ ਦੇ ਬੱਚੇ ਦੀ ਵੀ ਐਡਜਸਟਮੈਂਟ ਕਰਾਈ ਹੋਵੇ ਨਾ, ਅਤੇ ਪਾੜੇ ਨੂੰ ਖਤਰਾ ਹੋਵੇ ਵੀ ਭਾਈ ਬੜੇ ਕੰਮ ਕਰਾਏ ਆ, ਭਾਈ ਉਹਨਾਂ ਦਾ ਤਾਂ ਦਰਵਾਜ਼ਾ ਹੀ ਕਦੀ ਨਹੀਂ ਖੁੱਲ੍ਹਿਆ।
ਪੁਰਾਣਾ ਕਲਚਰ ਆ ਉਹਨਾਂ ਦਾ ਉਹ ਮੈਂ ਤਾਂ ਨਹੀਂ ਦੱਸ ਸਕਦਾ, ਤੁਸੀਂ ਪਬਲਿਕ ਨੂੰ ਪੁੱਛੋਗੇ ਉਹ ਦੱਸੋਗੇ ਵੀ ਕਿੱਦਾਂ ਟੈਲੀਫੋਨ ਹੁੰਦਾ ਸੀ। ਸੋ ਇਸ ਕਰਕੇ ਚੁਣੌਤੀਆਂ ਉਹਨਾਂ ਦੀਆਂ ਹੁੰਦੀਆਂ ਜਿਹੜੇ ਲੋਕਾਂ 'ਚ ਰਹਿੰਦੇ ਨੇ, ਅਤੇ ਜਿਹੜੇ ਇੱਦਾਂ ਟੌਰ ਬਣਾ ਕੇ ਦੇ ਇੱਥੇ ਸਰੀਆ ਪਾ ਕੇ ਕੋਈ ਵੀ ਬੰਦਾ ਹੋਵੇ ਲੋਕ ਪਸੰਦ ਨਹੀਂ ਕਰਦੇ। ਇੱਦਾਂ ਰਾਜਨੀਤੀਆਂ ਨਹੀਂ ਹੁੰਦੀਆਂ। ਅਸੀਂ ਪਹਿਲਾਂ ਵੀ ਲੋਕਾਂ 'ਚ ਰਹੇ, ਅੱਜ ਵੀ ਲੋਕਾਂ 'ਚ ਰਹੇ ਹਾਂ, ਅਤੇ ਇਹਨਾਂ ਦੀ ਚੁਣੌਤੀ ਨਹੀਂ ਚੁਣਦੇ। ਵੀਡੀਓ ਦੇਖ ਰਹੇ ਵਾਇਰਲ ਹੋ ਰਹੀ ਹੈ, ਕਹਿੰਦੇ ਉਹ ਕੁਛ ਲੋਕਾਂ ਦੀ ਵੀਡੀਓ ਆ ਰਹੀ ਹੈ, ਕਹਿੰਦੇ ਡਾਂਗਾ ਚੱਕ ਲਓ, ਤਿਆਰੀ ਕਰ ਲਓ। ਇਹ ਕਿ ਡਾਂਗਾ ਡੂੰਗਾ ਵਾਲਾ ਗੁਰਦਾਸਪੁਰ 'ਚ ਇਲੈਕਸ਼ਨ ਹੋਣਾ ਇਸ ਵਾਰੀ, ਤੁਹਾਡੇ 'ਤੇ ਵੀ ਆਰੋਪ ਲੱਗਦੇ, ਕਹਿੰਦੇ ਗੁੰਡਾਗਰਦੀ ਤੁਸੀਂ ਵੀ ਬੜੀ ਕਰਦੇ ਉਧਰੋਂ, ਉਹ ਵੀ ਕਹਿੰਦੇ ਕਿ ਡਾਂਗਾ। ਮੇਰੇ 'ਤੇ ਆਰੋਪ ਨਹੀਂ, ਵਿਰੋਧੀ ਮੇਰੇ 'ਤੇ ਇਹ ਆਰੋਪ ਨਹੀਂ, ਧੱਕੇਸ਼ਾਹੀ ਕਰਦੇ ਨੇ, ਮੇਰੇ 'ਤੇ ਇਹ ਆਰੋਪ ਨਹੀਂ ਲਾਇਆ ਕਿ ਡਾਂਗਾ ਚੱਕਦੇ ਆ। ਪਿਛਲੇ 10 ਸਾਲ ਜਿਹੜੇ MLA ਸੀਗੇ ਸਰਦਾਰ ਗੁਰਬਚਨ ਸਿੰਘ ਜੀ, ਉਹਨਾਂ ਦੇ ਉੱਤੇ ਆਰੋਪ ਬੜੇ ਸੀਗੇ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ ਇਸ ਇਲੈਕਸ਼ਨ ਦੇ ਵਿੱਚ, ਅਤੇ ਲੋਕਾਂ ਨੇ ਉਹਨਾਂ ਦੀਆਂ ਡਾਂਗਾਂ ਉਹਨਾਂ ਦੀ ਪੇਟੀ 'ਚ ਵਾੜਤੀਆਂ। ਅੱਜ ਜੁਰਮਾਨ ਨਾਲ ਘਰੇ ਬੈਠੇ ਹੋਏ ਆ, ਲੋਕ ਪਸੰਦ ਹੀ ਨਹੀਂ ਕਰਦੇ। ਇਹ ਬਹਿਲ ਸਾਹਿਬ ਦੀਆਂ ਡਾਂਗਾਂ 'ਤੇ ਪਿਛਲੀ ਜਦੋਂ 22,000 ਨਾ ਹਰੇ, ਉਦੋਂ ਹੀ ਲੋਕਾਂ ਨੇ ਡਾਂਗਾਂ ਇਹਨਾਂ ਦੀਆਂ ਉਦੋਂ ਵਾੜਤੀਆਂ ਸੀ। ਉਦੋਂ ਤਾਂ ਫਿਰ ਵੀ ਸ਼ਰੀਫੀ ਨਾਲ ਵੋਟ ਮੰਗੀ ਸੀ ਇਹਨਾਂ ਨੇ, ਨਹੀਂ ਲੱਗਦਾ ਇਸ ਤਰ੍ਹਾਂ ਦੀਆਂ ਧਮਕੀਆਂ ਧਮਕੀਆਂ ਵਾਲੀ ਵੀਡੀਓ ਦੱਸਣ ਲੱਗਾ। ਉਦੋਂ ਤਾਂ ਸ਼ਰੀਫੀ ਨਾਲ ਮਾੜੀ ਮੋਟੀ ਵੋਟ ਮਿਲਦੀ, ਅੱਜ ਭਾਈ ਇਹ ਵੀਡੀਓ ਦੇ ਵਿੱਚ ਲਾਗੇ ਬਹਿ ਕੇ ਘੁਆਉਣਾ ਵੀ ਪਿੰਡਾਂ 'ਚੋਂ ਡਾਂਗਾਂ ਮੰਗਾ ਲਈਆਂ, ਤਗੜੇ ਹੋ ਜਾਓ। ਮੈਂ ਜਿਹੜੀ ਅੱਗ ਸੇਕ ਰਿਹਾ ਕਿਉਂ ਸੇਕ ਰਿਹਾ, ਵੀ ਖੂਨ ਗਰਮ ਰਹੇ, ਜੇ ਡਾਂਗ ਖਾਣੀ ਪਈ ਤਾਂ ਮੈਂ ਮਾਰਨੀ ਤਾਂ ਨਹੀਂ, ਖਾ ਲਊਂਗਾ। ਖਾਣ ਨੂੰ ਤਿਆਰ ਤਾਂ ਅੱਗ ਦੇ ਕੋਲ ਮੈਂ ਇਸ ਕਰਕੇ ਨਹੀਂ ਖਾਊਂਗਾ ਕਿ ਮੈਂ ਡਰਦਾ, ਮੈਂ ਇਸ ਕਰਕੇ ਖਾਊਂਗਾ ਕਿ ਅੱਜ ਰਿਸਪੋਂਸੀਬਲ ਚੇਅਰ 'ਤੇ ਬੈਠਾ ਅਤੇ ਮੇਰੇ ਗੁਰਦਾਸਪੁਰ ਦੇ ਲੋਕ ਚਾਹੁੰਦੇ ਆ ਕਿ ਇਹ ਨਾ ਬੋਲੇ। ਮੈਂ ਉਹਨਾਂ ਕਰਕੇ ਡਾਂਗਾ ਖਾਣ ਨੂੰ ਤਿਆਰ ਹਾਂ, ਮਾਰਾਂਗਾ ਕਿਸੇ ਨੂੰ, ਇਹ ਵਾਅਦਾ ਰਿਹਾ ਗੁਰਦਾਸਪੁਰ ਦੇ ਲੋਕਾਂ ਨਾਲ। ਮੇਰੇ ਮੋਢੇ 'ਤੇ ਡਾਂਗਾ, ਤੁਸੀਂ ਡਾਂਗਾ ਨਾਲ ਨਹੀਂ ਮਾਰਿਆ, ਕੱਢਣ ਡਾਂਗਾ ਨਹੀਂ ਚਲਾਈਆਂ, ਤੁਸੀਂ ਪਰਚੇ ਬੜੇ ਚਲਾਏ, ਇੱਕ ਸਿੰਗਲ ਪਰਚਾ ਹੀ ਬੜੀ ਕੀਤੀ, ਇੱਕ ਸਿੰਗਲ ਪਰਚਾ ਕੋ ਦੱਸ ਦੇ। ਆਹ ਵੀਡੀਓ 'ਚ ਕਹਿੰਦੇ ਧੱਕੇ ਨਾਲ ਨਸ਼ਿਆਂ ਦੇ ਪਰਚੇ ਪਾ ਰਹੇ। ਇੱਕ ਮਿੰਟ, ਆਹ ਇੱਕ ਵੀਡੀਓ ਅੱਜ ਹੀ ਅਕਾਲੀ ਦਲ ਨੇ ਪਵਾਈ ਆ ਲੇਡੀ ਕੋ, ਮੈਨੂੰ ਉਹਦਾ ਨਾਂ ਨਹੀਂ ਪਤਾ, ਲੇਡੀ ਦਾ ਸ਼ਿੰਦਰ ਕੌਰ, ਇਹ ਇੱਥੋਂ ਮਾਂਦੇ ਖੁਰਦ ਤੋਂ ਲੇਡੀ ਆ। ਮੈਨੂੰ ਸਵੇਰੇ ਸਵੇਰੇ ਕਿਸੇ ਨੇ ਵੀਡੀਓ ਪਾਈ ਅਤੇ ਉਹ 20 ਸੈਕਿੰਡ ਦੀ ਆ, ਕਹਿੰਦੀ ਕਿ ਸਾਡੇ 'ਤੇ ਪਾੜਾ ਸਾਹਿਬ ਨੇ ਪਰਚੇ ਪਾਏ, ਬੜੇ ਦਬਾਅ ਪਾ ਰਹੇ ਆ ਕਿ ਸਾਡੇ ਨਾਲ ਤੁਰੋ। ਨਾ ਮੈਂ ਸ਼ਿੰਦਰ ਕੌਰ ਨੂੰ ਅਸੀਂ ਕਦੀ ਮਿਲੇ, ਨਾ ਮੈਂ ਉਹਨੂੰ ਜਾਣਾ। ਮੈਂ ਸਰਪੰਚ ਸਾਹਿਬ ਨੂੰ ਫੋਨ ਮਾਰਿਆ, ਮੈਂ ਕਿਹਾ ਲੇਡੀ ਕੌਣ ਆ? ਕਹਿੰਦੇ ਪਾੜਾ ਸਾਹਿਬ ਇਹ ਉਹ ਆ ਜਿਨ੍ਹਾਂ ਨੇ ਸਾਡੇ 'ਤੇ ਬੱਬੇ ਵਾਲੀ ਸਾਹਿਬ ਕੋਲ ਕੱਟਾ ਮਰਨ ਦਾ ਪਰਚਾ ਕਰਾਇਆ ਸੀ। ਸ਼ਿੰਦਰ ਕੌਰ ਦੇ ਘਰ ਵਾਲੇ ਨੇ 3 ਕੱਟੇ ਲਿਆ ਕੇ ਉਹਨੇ ਮੂੰਹ 'ਚ ਪੇੜੇ ਦੇ ਕੇ ਔਰ ਬੱਬੇ ਹਾਲ ਦੇ ਕਹਿਣ 'ਤੇ ਔਰ ਮੈਨੂੰ ਮੈਂਟਲੀ ਟਾਰਚਰ ਕਰਨ ਵਾਸਤੇ ਇਹ ਮੇਰੇ 'ਤੇ 1 ਨਹੀਂ 2 ਨਹੀਂ 3 ਨਹੀਂ 4 ਪਰਚੇ ਮੇਰੇ 'ਤੇ ਨੇ ਔਰ ਮੇਰੇ ਲਾਗੇ ਸਾਥੀ ਮੇਰਾ ਹਰਭਜਨ ਸਿੰਘ ਸਾਬਕਾ ਸਰਪੰਚ ਬੈਠਾ ਇਹ ਕੱਟਿਆਂ ਦੇ ਪਰਚੇ ਪਏ ਨਹੀਂ 326 ਦੇ 452 ਦੇ ਪਹਿਲਾਂ ਪਰਚਾ ਤੁਹਾਡੇ ਕੱਟੇ ਪਹਿਲਾਂ ਕੱਟਿਆਂ ਦਾ ਪਾਇਆ ਮੁੜ ਕੇ ਬਦਲੇ ਦੀ ਰਾਜਨੀਤੀ ਨਹੀਂ ਕਰ ਰਹੇ ਫਿਰ ਇਹਨਾਂ ਦੇ ਕੱਟਿਆਂ ਦੇ ਪਰਚੇ ਮੈਂ ਉਹ ਨਸ਼ਿਆਂ ਦੇ ਪਰਚੇ ਮੈਂ ਉਹ ਜਵਾਬ ਦੇਣ ਲੱਗਾ ਇਹਨਾਂ ਦੇ ਪਰਚੇ FIRs ਪਈਆਂ ਨੇ ਆਹ ਪਰਚਾ ਆ ਤੁਹਾਨੂੰ ਮੈਂ ਦਿਖਾ ਵੀ ਦਿੰਦਾ FIR ਨੰਬਰ ਆ 237 ਔਰ 2/12 ਨੂੰ 2021 ਨੂੰ ਹੋਇਆ ਇਹ ਨਸ਼ਿਆਂ ਦਾ 98 ਗੋਲੀਆਂ ਫੜੀਆਂ ਗਈਆਂ ਇਹਨਾਂ ਕੋਲ ਅਤੇ ਉਹਦਾ ਪਰਚਾ ਹੋਇਆ ਇਹ ਵੀ ਮੈਨੂੰ ਅੱਜ ਪਤਾ ਲੱਗਿਆ ਮੈਂ ਇਹਨਾਂ ਨੂੰ ਜਦੋਂ ਪੁੱਛਿਆ ਮੈਂ ਕਿਹਾ ਯਾਰ ਕਾਹਦਾ ਪਰਚਾ ਹੋਇਆ ਇਹਨਾਂ 'ਤੇ ਕਹਿੰਦੇ ਮੈਨੂੰ ਵੀ ਨਹੀਂ ਪਤਾ ਮੈਂ ਥਾਣਿਓਂ ਕਾਪੀ ਮੈਂ ਮੰਗਾਈ ਆ ਕਿ ਯਾਰ ਪਰਚਾ ਪਤਾ ਕਰਕੇ ਦੱਸੋ ਕਿਤੇ ਕਿਹਦਾ ਹੋਇਆ ਆ ਪਤਾ ਲੱਗਾ ਕਿ 98 ਗੋਲੀਆਂ ਫੜੀਆਂ ਗਈਆਂ ਅਤੇ ਫਿਰ ਪਰਚਾ ਇਹਦਾ ਮਤਲਬ ਅਕਾਲੀ ਦਲ ਜੋ ਮਜੀਠੀਏ 'ਤੇ ਲੱਗਦੇ ਸੀਗੇ ਆਰੋਪ ਅਤੇ ਇਹਨਾਂ 'ਤੇ ਲੱਗਦੇ ਨਸ਼ਾ ਵਿਖਾਉਂਦੇ ਇਹਦਾ ਮਤਲਬ ਇਹ ਸੱਚੀਆਂ ਗੱਲਾਂ ਨੇ ਇਸ ਗੱਲ ਨੂੰ ਸਫਾਈ ਦੇਣ ਕਿ 98 ਗੋਲੀਆਂ ਦਾ ਪਰਚਾ ਕਿ ਜਾਂ ਕੋਈ ਨਜਾਇਜ਼ ਪਰਚਾ ਕਰਾਇਆ ਪਾੜੇ ਨੇ ਇਹ ਪੁਲਿਸ ਦਾ ਕੰਮ ਆ CIA ਸਟਾਫ ਦਾ ਕੰਮ ਆ ਜੇ ਉਹਨਾਂ ਨੇ ਗੋਲੀਆਂ ਫੜੀਆਂ ਤਾਂ ਇਹਨਾਂ ਦੇ ਫੁੱਲ ਪਾਉਣੇ ਸੀ ਇਹਦੀ ਇਨਕੁਆਇਰੀ ਕਰਾਓ ਵੀ ਇਹਨਾਂ ਕੋਲ ਫੜੀਆਂ ਗਈਆਂ ਕਿ ਨਹੀਂ ਫੜੀਆਂ ਗਈਆਂ ਗੱਲ ਸਿਰਫ ਉਹ ਆ ਵੀ ਯਾਰ 10 ਸਾਲ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਆਪਣੇ ਕੰਮ ਬਣਾਓ ਆਹ ਕੁਝ ਜੀਆਂ ਹਰਕਤਾਂ ਕਰਕੇ ਤੁਸੀਂ ਗਲਤ ਵੀਡੀਓਜ਼ ਪਾ ਕੇ ਇਲੈਕਸ਼ਨ ਲੜੀ ਜਾਂਦੇ ਤੁਹਾਨੂੰ ਚੈਲੰਜ ਉਹਨਾਂ ਦਾ ਵੀ ਨਹੀਂ ਲੱਗਦਾ ਬੱਬੇ ਹਾਲ ਰਮਨ ਬੈਲ ਨੂੰ ਤੁਸੀਂ ਚੈਲੰਜ ਨਹੀਂ ਸਮਝ ਰਹੇ ਬੱਬੇ ਹਾਲੀ ਉਹਨਾਂ ਨੂੰ ਜਾਂ BJP ਵੀ ਅੱਡ ਤੋਂ ਇੱਥੇ ਉਮੀਦਵਾਰ ਉਤਾਰੇਗੀ ਹਿੰਦੂ ਬੈਲਟ ਮੰਨੀ ਜਾਂਦੀ ਹੈ ਔਰ ਕਿਸਾਨਾਂ ਵੱਲੋਂ ਵੀ ਕੋਈ ਨਾ ਕੋਈ ਉਮੀਦਵਾਰ ਆਏਗਾ ਇੱਕ ਗੱਲ ਤੁਹਾਨੂੰ ਕਹਿ ਦਿੰਦਾ ਜਿਸ ਦਿਨ ਮੈਨੂੰ 17 'ਚ ਟਿਕਟ ਲੈਣ ਗਿਆ ਸੀ ਮੈਨੂੰ ਮੇਰੀ ਪਾਰਟੀ ਨੇ ਕੁਐਸਚਨ ਕੀਤਾ ਕਹਿੰਦੇ ਯਾਰ ਗੁਰਦਾਸਪੁਰ ਨਾ ਸਿਟੀ ਆ ਅਤੇ ਇਹ ਹਿੰਦੂ ਸੀਟ ਆ ਜਿੰਦੇ ਜਾਗਦੇ ਨੇ ਮੈਡਮ ਅੰਬਿਕਾ ਸੋਨੀ ਜੀ ਮੇਰਾ ਤਾਂ ਕਾਦੀ ਉਦੋਂ ਕੁਛ ਨਹੀਂ ਸੀ ਤੁਹਾਨੂੰ ਚੈਨਲ 'ਤੇ ਬੋਲ ਰਿਹਾ ਮੈਂ ਉਹਨਾਂ ਨੂੰ ਕਿਹਾ ਕਿ ਮੈਮ ਇਫ ਕਾਂਗਰਸ ਪਾਰਟੀ ਇਜ਼ ਡਿਸਟ੍ਰੀਬਿਊਟਿੰਗ ਦਾ ਟਿਕਟਸ ਔਨ ਰਿਲੀਜੀਅਸ ਬੇਸਿਸ ਆਈ ਐਮ ਨੋਟ ਦਾ ਕੈਂਡੀਡੇਟ ਆਫ ਕਾਂਗਰਸ ਪਾਰਟੀ ਆਈ ਵਿਲ ਨੋਟ ਬੀ ਅ ਕੈਂਡੀਡੇਟ ਫਿਰ ਉਹ ਕਹਿੰਦੇ ਬੈਠ ਜਾ ਮੈਂ ਸਾਰੀ ਗੱਲ ਉਹਨਾਂ ਨਾਲ ਕਲੈਰਿਟੀ ਕੀਤੀ ਉਹਨਾਂ ਨਾਲ ਗੱਲ ਕੀਤੀ ਮੈਨੂੰ ਟਿਕਟ ਮਿਲੀ ਰਹੀ ਗੱਲ ਹਿੰਦੂ ਦੀ ਸਿੱਖ ਦੀ ਹੁਣ ਜਿਹੜਾ ਕੈਂਡੀਡੇਟ ਰਮਨ ਬੈਲ ਜੀ ਇਲੈਕਸ਼ਨ ਲੜ ਰਿਹਾ ਜਦੋਂ ਦੇ ਕਿਸੇ ਦੇ ਘਰ 'ਚ ਜਾਂਦੇ ਆ ਉਦੋਂ ਦੇ ਕੰਨ 'ਚ ਕਹਿੰਦੇ ਆ ਮੈਂ ਹਿੰਦੂ ਭਰਾ ਵਾਂ ਤੁਹਾਡਾ ਵੋਟ ਪਾਓ ਅਤੇ ਜਦੋਂ ਕਿਸੇ ਸਰਦਾਰ ਕੋਲ ਜਾਂ ਅਦਰ ਕਾਸਟ ਕੋਲ ਜਾਂਦੇ ਆ
उदों फिर यह भी कहण भी मैं उन्होंने हिंदुआ दी वोटा लैनिया मैं होर किसी की लड़ नहीं मेरे तो हिंदू ही भरा ने स्टेज जदन केजरीवाल का खतरा हो सकता नहीं 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 मेरी गल सुन लो मैं जदन स्टेज पर इतने आए आ उदन अनाउंस कर देंगे भी मैं ता हिंदू भरा जे मैं वोटा पाओ ना लोग हार पाते हिंदू भी पाते इन्हों हार कदे पोलराइजेशन या इन चीज़ों ना वोटा नहीं मिलती मैं सब तो व्डा हिंदू भी हाँ मैं सब तो व्डा सिख भी हाँ मैं हर हर कम्यूनिटी का सत्कार करदा मेरे बजुर्ग सरदार करतार सिंह पाड़ा जिन्हां दे टन्योर दे वेले किसी हिंदू जेंटलमैन ने गऊशाला ते कब्जा किया मेरे दादा जी एम एल ए सी लत्तां मार के कंधा ढा के कब्जा नहीं छड उस वेले छड़ा के ते अज गऊशाला चलती है हनुमान चौंक जिथे एक पुलिस चौंकी हुंदी सी ओ इस बरिंदर मीत सिंह पाड़ा ने बनाया परशुराम चौंक जी की 20 साल तो डिमांड सी ब्राह्मण जिन्हें भी साढ़े आ वो पाड़े ने बनाया तो यार फिर मेरे खून आ कढ़ के मारो इत्थे देखो भला भी पाड़े दे खून च भी हिंदुत्व है सिख जम है रिगार्ड करदा मैं किसी का नहीं करदा तुसी एक गल मेरी इस चैनल पर याद रखियो 10 मार्च नूं रिजल्ट आना मैनूं जरूर मिलियो जे शहर दे मेरे हिंदू परिवार एक तरफा वोटा ना पाइया तो मैं जिंदगी दे विच समझांगा कि मेरी दुर्लानत काम करन दी जे मेरा मेरा सत्कार मैं घर च मैं जिंदगी च कोई धक्के नहीं किए मैं एक एक परिवार नाल जुड़िया होया दिलों सत्कार नाल जुड़िया होया तुसी दुकाना ते जाओ लोग मेरे नाल तुरे आ जिहड़े जिंदगी च कदी बाहर भी नहीं आए दुकाना छड्ड के तो मैं तो उन्हां दा देण नहीं दे सकदा गुरदासपुर की जनता यह एरका वहम कढ दूगी कि साडा पाड़ा हिंदू भरा भी आ सिख भरा भी आ सब तो पहला साडा ये डिवेलपमेंट वाला एम एल ए गुरदासपुर का बिल्कुल रोहित महाजन साडे सहयोगी ने इत्थे गुरदासपुर दे तुहाडे तों सवाल करना चाहते हैं सो लगातार जिस तरह बरिंदर मीत पाड़ा गुरदासपुर दे विच एक यूथ आईकॉन बन के सामने आ रहा और कितना कितने इलाके दे विच विरोधियों वालों लगातार ये आरोप भी लगाए जा रहे हैं कि बरिंदर मीत पाड़ा ने जो चौंक की डिवेलपमेंट करवाई है गलिया की करवाई है कितने ना कितने जिहड़ा है विरोधियों वालों ये आरोप सिगे कि लोगों को एक फैसिलिटी दी गई सी गुरदासपुर च मॉल खुलिया सीगा वो भी बरिंदर मीत पाड़ा के कहने उपर ही कितना कितने बंद करवाया गया इस बारे की कहना चाहोगे लोगों जोड़े लोकल सके उन्होंने फैसिलिटी सी इस चीज़ की मॉल बंद क्यों मैं दसदा जोड़ा लॉ आ कानून आना यह जवाब दो सरदार गुरबचन सिंह बब्बे वाली बरिंदर मीत सिंह पाड़ा तो आम बंदे लिए बराबर आ कि नहीं बराबर दसो बराबर आ ये वो मॉल आ जिहड़ा नक्शा पास होया 68 फुट 68.9 फीट जिहड़ी इन्हां दी मंजूरी आ मौके ते बिल्डिंग बनी पई है 93.5 फुट ठीक है जी 93.5 फुट नूं सैटबैक एरिया चाहीदा आ 30 फुट क्योंकि इहदे च 3 PVR ने रीयर सैटबैक चाहिए 30 फुट फ्रंट सैटबैक चाहिए जिनी जगह वह 25% जिहड़ा कि 14% आ हुण तुसी मैनू इस गल का जवाब दिओ कि 650 दे ऑलमोस्ट आस पास की इहदी हैगी आ फुटफॉल तो उहदे मुताबिक फायर नॉर्म्स मेरे नहीं फायर नॉर्म्स पंजाब सरकार दे अगली वारी फिर तुसी उहते तुसी टेक्निकलिटीज़ नहीं गिणातियां ये मैं नहीं रोकिया ये कोर्ट च गए कोर्ट चो जाके कोर्ट दे विच ये रुकिया आ क्योंकि फायर नॉर्म्स नूं कोई सेंटर दी सरकार भी ओवररूल नहीं कर सकती सो एलीगेशन मेरे ते लाउणा मैं रोकिया बिल्कुल झूठ ते निराधार लोगों को फिर कोई एंटरटेनमेंट लई तुसी अगली बार वादा कर दो कोई बना दो कोई मॉल कोई पीवीआर जे पीवीआर वगैरह जो खोलन का वादा कर दो क्योंकि सनी देओल नाल मेरी गल हुई सी कहिंदे मैं फिल्म सिटी बनानी है इत्थे उन्होंने लोगों ने देखो लोगों च क्रेज किन्ना विनोद खन्ना नूं इत्थों MP चुणदे ने सनी देओल नूं चुणना मारे गए आ तुसी पीवीआर ते खुलवा दो मैं कहा क्रेज च भुलेखे नाल मारे गए गुरदासपुरिए पीवीआर ते खुलवाओ फिर अगले ताइयों कहिंदे नवें रियलिटी वाले हीरो देखिए इत्थे पीवीआर थिएटर ते खुलदा नहीं वादा रहा कि अगले परमात्मा मौका दे ਤੁਹਾਨੂੰ ਇਸੇ ਇੱਥੇ PVR ਖੋਲ ਕੇ ਸਰਕਾਰੀ ਹੋਊਗਾ ਕਿ ਕਿਸ ਤਰ੍ਹਾਂ ਹੋਊਗਾ ਉਹ ਫਿਰ ਉਹ ਰਣਾ ਅਗਲੇ ਰਿਓ ਜਿਹੜਾ ਬਦਲੇ ਦੀ ਰਾਜਨੀਤੀ ਅਕਸਰ ਕਿਤੇ ਮੈਂ ਦੱਸਣ ਲੱਗਾ ਕਿ PVR ਵੀ ਜਿਹੜਾ ਪਾੜਾ ਫੈਮਿਲੀ ਤੋਂ ਹੀ ਆ ਰਿਹਾ ਨਹੀਂ ਮੈਂ ਦੱਸਣ ਲੱਗਾ ਤੁਹਾਨੂੰ ਵੇਖੋ ਕੋਈ ਵੇਲਾ ਸੀਗਾ ਜਦੋਂ ਕੋਈ ਖੋਲਣ ਲੱਗਦਾ ਸੀਗਾ ਤਾਂ ਉਹਨੂੰ ਡੱਕਿਆ ਜਾਂਦਾ ਸੀ ਮੈਂ ਨਾਂ ਨਹੀਂ ਲੈਣਾ ਮੈਂ ਜਦੋਂ ਖੋਲਣ ਲੱਗੇ ਸੀ ਨਾ ਇੱਥੇ PVR ਜਿਹੜਾ ਬੰਦਾ ਖੋਲਣ ਲੱਗਾ ਸੀ ਉਹਨੂੰ ਉਸ ਬੰਦੇ ਨੂੰ ਟੈਲੀਫੋਨ ਕਰਕੇ ਉਹਦੀਆਂ NOCs ਡੱਕ ਕੇ ਉਹਨੂੰ ਡੱਕਤਾ ਗਿਆ ਤੇ ਪਾੜਾ ਤੇ ਮੋਸਟ ਵੈਲਕਮ ਕਰਦਾ ਗੁਰਦਾਸਪੁਰ ਦੇ ਲੋਕਾਂ ਨੂੰ ਜਿਹੜਾ ਵੀ ਖੋਲਣਾ ਚਾਹੁੰਦਾ ਉਹ ਖੋਲੇ ਸਨੀ ਦਿਓਲ ਨਾਲ ਗੱਲ ਹੋਈ ਤੁਹਾਡੀ ਤੇ ਕਰ ਲਈਓ ਮੈਨੂੰ ਕਹਿੰਦੇ ਸੀਗੇ ਕਿ ਫਿਲਮ ਸਿਟੀ ਬਣਾਣੀ ਕਹਿੰਦੇ ਮੈਂ ਕਿਹਦਾ ਨਾਂ ਲਈ ਜਾਂਦੇ ਹੋ ਕਿਸੇ ਚੱਜ ਦੇ ਬੰਦੇ ਦਾ ਨਾਂ ਲਓ ਸਾਡਾ ਬੇੜਾ ਗਰਕ ਕਰਤਾ ਸਾਡੀਆਂ ਵੋਟਾਂ ਲੈ ਕੇ ਮੈਨੂੰ ਪਤਾ
कि ये तो चंगी तो लगती है गल इदा की करनी, पर जिन्ना असी बैकफुट पर गए यार अज एम पी हों यार मैडिकल कॉलेज गुरदासपुर बनता मेरे अंदर एक खिच है तमन्ना है। वो तो नहीं अपनी खामिया उन्होंने सुटी जाते हो, मैं दसो गणाओं तो सही इंटरस्ट जो घटता जा रहा लगता है। एम पी का काम अफसर नहीं, एम पी का काम पार्लीमेंट च, एम पी का काम नरेंद्र मोदी जी नाल उथों सैंक्शन होना है, ना तो किसी इतने एस डी एम ने करना, ना किसी एस डी एम ना ना असी ये कोई सनी देओल तो गलियां बनाउणियां ना ही तारा ठीक करा, असी तो भरावा इनू कहने परमात्मा इनू सद बुद्धि बख्शे तो साढ़े गुरदासपुर कोहे मेहनत करे समर्थक समर्थक इन्हां दे एमएलए साहब दे पुछणा। एक सवाल तुसीं एक सवाल किया कि जिहड़ा विरोधियों का काम है जां जिस तरह करना कि जां पीएम लैवल का विरोधियों वालों ये भी आरोप है कि पीएम जदों इत्थे आए तो उन्होंने इत्थे रुकन ही नहीं दिता गया, 42,000 करोड़ दे जड़े प्रोजेक्ट लैके आ रहे। बड़ा सोहना क्वेश्चन किया तुसी, मैं तो किसी का तो जे मैनू पता नहीं उन्हें की रूप लाया तो क्यों डकिया, मेरे गुरदासपुर आए ही पुड्डा ग्राउंड किन्ना चिर होया, 1.5 साल ही होया पुड्डा ग्राउंड च, आए चा मैनू बड़ा है, मैं कहा लै पढ़ा अज तेरे गुरदासपुर मैडिकल कॉलेज भी मिल गया, अज फिल्म सिटी भी चालू हो जानी है। वो आए 5 मिनट बोल के 1 रुपया सर नहीं, इतने प्रोग्राम मेरी पुड्डा कलोनी च इतने रैली की गई, एक रैली वो भी हुई थी जो करतारपुर कोरीडोर वाली, करतारपुर कोरीडोर से मैं गल ही नहीं करता, मेरे गुरदासपुर घर तो नाल ही उदन चा च असी टीवी गाड़ी एवं बैठे से भी अज गुरदासपुर गफे मिलने, 5 मिनट लिए सत श्रीकाल की गलबात की दौड़ गए यार, जे देना होंगे तो उदो ही दे जाते, आते हूँ बहाने ने भी डकता उदू दे जाते। मैं तो सवाल ही अच्छा बाद च उत्थे सफाई मैं करदा मर गया कई जिन्हें मेरे बेचारे सफाई सेवक है उन्होंने झंडे छड़ के मैं उन्होंने सब्जियां मैं उन्होंने लफाफे मैं उन्होंने मेरे को वीडियो अखबार च फोटो आ मेरे हाथों में छाले पै गए भरावा गंदगी ना पा जाओ पुड्डा वाले कट्ठे हो आ गए भी साढ़े तो घर च स्मैल आ गई सफाई करते असी मर गए, मैं सफाई छड़ के मैनू कहिंदे भी इत्थे गोहा भी पत्थ मैं पत्थ लैंदा मैनू को देते जाते। देखो ये बदकिस्मती कह लो हिंदुस्तान की डेमोक्रेसी नूं खतरा जिहड़ा उह वधदा जा रहा, तो जिथे डेमोक्रेसी नहीं है उत्थे मत कोई भुलेखा रखे पिया, जो घर ईडी की रेड वज रही है तो खुश होइए, तो जो वज रही है ये आम लोगों के अधिकारां ते घाण हो रहा, जदों जिथे इलैक्शन आउंदी है उत्थे ईडी सरगर्म हो जाती है, इहदा की मतलब आ फिर इंडिया नूं क्यों कहिंदे आ इट्स ए डेमोक्रेटिक कंट्री। मैं तो इहो ही पार्लीमेंट च इहनां नूं कहांगा वी सैशन आउंदा ते डेमोक्रेटिक शब्द नूं जिहड़ा उत्थे पूरा मता पा दिओ वी इंडिया दे कदे वी अगे डेमोक्रेटिक कंट्री जिहड़ा नां लाया। सो लोक समर्थक इत्थे मौजूद ने उहनां कोलों वी जाण लैंदे आ कि की कहना चाहोगे। धोनी जी ने एम सी रहे ने अकाली दल चो छड़ के बब्बे हाली साहब नालों मेरे नाल आए आ 10 साल ये भी उधर रहे इन्हां नूं पुछ लो भी हुण दा डंगा वाली गल है ना दसी फिर नहीं ये तो सारे शहर नूं पता जी जी। मैं दशमिंदर नोनी 3 वारी भाजपा तो कौंसलर रहा 1 वारी अकाली दल तो कौंसलर रहा, मैं 4.5 साल पाड़ा साहब नाल नाराज रहा, मैं नहीं बुलाया एक दिन भी ना मैं कभी घर आया, आखिरी 5-6 महीने तो बलजीत घर गया चाचा जी तुसी अपने मैं इन्हां दे बापू जी नाल दादा जी नाल अक्सर चंडीगढ़ आना जाना कट्ठे ही रहिंदे रहे असीं जदों अकाली दल च सीगे, ते बहुत कम कीता कट्ठे असीं, सवेरे 4 बजे जाना रात नूं आना सवेरे फिर 4 बजे चल जाना, बड़ी मेहनत कीती बापू जी ने बहुत गुरदासपुर लई कम कीता सी। कितना मनाया कितना फिर ते फिर ओह गए घर आए, ब्राह्मण कोल हुंदा की है ब्राह्मण कोल पैरी हथ लाया चाचा जी चलो ते चाचा जी चल पे ਕਿਤੇ ਤੁਸੀਂ ਵੀ ਕੈਪਟਨ ਸਾਹਿਬ ਜਿਸ ਤਰ੍ਹਾਂ 4.5 ਸਾਲ ਇਹ ਪਿੱਛੇ ਰਹੇ ਕੈਪਟਨ ਸਾਹਿਬ ਦੇ ਨਾਲ ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਅੱਗੇ ਆਏ ਨੇ, ਤੁਹਾਡੀ ਵੀ ਕਿਤੇ ਜਿਹੜੀ ਸਾਂਝ ਸੀਗੀ ਜ਼ਿਆਦਾ ਕਿਤੇ ਚਰਨਜੀਤ ਚੰਨੀ ਉਹਨਾਂ ਨਾਲ ਤੇ ਸੀ, ਉਹਨਾਂ ਦੇ ਆਉਣ ਦੇ ਨਾਲ ਹੀ ਤੁਸੀਂ ਵੀ ਮੰਨ ਗਏ ਨਾਲ ਹੀ? ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਅਸੀਂ ਸ਼ੁਰੂ ਤੋਂ ਇੱਕ ਪਰਿਵਾਰਕ ਮੈਂਬਰ ਸੀਗੇ, ਇਹਨਾਂ ਦੇ ਕੰਮਾਂ ਨੂੰ ਦੇਖ ਕੇ ਜਿਹੇ ਹੋਏ ਵੀ ਜੋ ਉਹਨਾਂ ਨੇ ਬ੍ਰਾਹਮਣ ਸਮਾਜ ਲਈ ਕੀਤਾ, ਭਗਵਾਨ ਪਰਸ਼ੂਰਾਮ ਦੀ ਇੱਕ ਚੌਂਕ ਦੀ ਬੜੀ ਦੇਰ ਦੀ ਡਿਮਾਂਡ ਸੀਗੀ ਉਹ ਉਹਨਾਂ ਨੇ ਬਣਾਇਆ, साडे इंप्रूवमेंट ट्रस्ट का चेयरमैन रंजू शर्मा बनाया, साडे मिल्क ब्रांड का चेयरमैन सुरेंद्र शर्मा बनाया, जे इन्ना सत्कार साडी बरादरी नूं उन्होंने दिता तो मैं कहा यार असी घर क्यों बैठीए, असी भी इस युद्ध दे नाल अपने छोटे जे वीर दे नाल चलदे। बिल्कुल पाड़ा साहब आखिरी सवाल, 5 कोना मुकाबला किन्नी लीड की उम्मीद है तुहानूं इस बार, जे तुहानूं लगता कि लोग तुहानूं ही चुन रहे हैं तुहाडे ते यकीन कर रहे हैं और 20 फरवरी नूं जो वोटां पैणियां ते लीड की किन्नी उम्मीद है तुहानूं?
देखो मैं हमेशा परमात्मा को यह डर के गल कहना होना ना तो मैं सुखबीर वांदू कुछ खाना पीना कि मैं कह दा 25 साल राज करना ना मैं किसी होर लीडर वांगू ये डांगा फड़ के वोटा मंगना। मैं इको गल दा मेरा बड़ा सिंपल जिहा सिस्टम आ मैं 5 साल लोगों ने मौका दिता 29,000 की मेरी लीड सी और रेंदे सावा तक गुरदासपुर का देन मैं MLA बना जिंदगी ना बना मैं आसान नहीं दे सकता एड्डी छोटी उम्र च विधानसभा भेजा और वह आसान मैं पूरा कोशिश 100% परफेक्ट कोई भी नहीं हो सकता पर मैं आप दे वित्त तो बारा होकर बीइंग अ फस्ट टाइमर मैं जो गुरदासपुर लिए कर सकता सी कीता आ और हुण भी मैं कोई लीड कोट नहीं करता। मैं इको ही बेनती गुरदासपुर के लोगों को करना काम किया तो मेरा हक ना रखियो तो जे तुहानू मेरे तो आस आ तो तगड़े होकर वोटा पिछली लीड का रिकॉर्ड तोड़ दौ तो 10 मार्च तो बाद आप गल करेंगे आई विल नॉट कोट अ सिंगल वर्ड। चलो उम्मीद करते हैं जो काम तुम कह रहे हो कि रह गए जो लोग तुम चुनते हैं तो वह भी तुम पूरे करो और उम्मीद यह भी करते हैं कि अग तुम सिर्फ ठंड को रोकने सीखो जो डांगा डूंगा वाली गल्ला ने ना हो और फेयर इलैक्शन होने चाहिए ने। सन आ गए नेता जी प्रोग्राम के गुरदासपुर तो वरिंदर मीत पाड़ा जो दावा कर रहे हैं कि गुरदासपुर के लोग एक बार फिर इन्हें यकीन कर जा रहे हैं और 20 फरवरी जो लोगों ने वोट पा निकलना तो नतीजे इन्होंने ही वधिया आएंगे 10 मार्च को। कैमरामैन प्रभजोत के नाल रमनशु गाबा दैनिक सवेरा TV गुरदासपुर।